ਵਾਹਿਗੁਰੂ ਜੀ ਗੁਰੂ ਨਾਨਕ ਭਗ ਪੰਕਜ ਵੰਦਨ ਭਗ ਪੰਕਜ ਵੰਦਨ ਸਿਮਰਉ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵਾਂ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਵਿੰਦ ਸੋਭ ਮਤ ਪਰਕਾਸਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕਰੇਸ਼ ਨਮਨਾਏ ਬੋਰੀ ਤੇਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰਮ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਮੰਦੋਂ ਭਰ ਬਰ ਜਗਦੀ ਸਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬਿ ਉਦਦ ਮੰਦੋਂ ਕਰਿ ਅਨੁਰਾਗ ਸਿ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ ਨਿਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾ ਸੁਨ ਸੋਏ ਵਾਹਿਗੁਰੂ ਸਾਹਿਬ ਜੀ ਦੋਹਰਾ ਥਿਰਤਾ ਸੀ ਸੰਸਾਰ ਮਹਿ ਲਖ ਸੰਚਤ ਅਤ ਨ ਆਥ ਸੰਤ ਸਰੋਣ ਆਨਨ ਭੰਤ ਨਾਨਕ ਦੀਨਾ ਨਾਥ ਦੋਹਰਾ ਚਿਰਤਾ ਸੀ ਸੰਸਾਰ ਮਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਤ ਸੰਗਤ ਜੀਓ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ ਇਸ ਮਾਤ ਲੋਕ ਦੀ ਧਰਤੀ ਤੇ ਕਲਯੁਗ ਦੇ ਸਮੇਂ ਵਿੱਚ ਸਾਡੇ ਕਲਯੁਗੀ ਜੀਵਨ ਦੁਖੀ ਹੁੰਦਿਆਂ ਵੇਖ ਕੇ ਮਾਲਕ ਕਰਤਾ ਪ੍ਰਖ ਜੀ ਨੇ ਤਰਸ ਕੀਤਾ ਸਾਡਾ ਭਲਾ ਕਰਨ ਲਈ ਆਪ ਜੀ ਨੇ ਸਰੂਪ ਪ੍ਰਗਟ ਕੀਤਾ ਹੈ ਸਾਹਿਬ ਗੁਰੂ ਨਾਨਕ ਸਾਹਿਬ ਨਾਮ ਰਖਾਇਆ ਹੈ ਤੇ ਹੁਣ ਹਜੂਰ ਪਾਤਸ਼ਾਹ ਜੀ ਨੇ ਤੱਕਿਆ ਕਿ ਇਹ ਜਗਤ ਜਿਹੜਾ ਹੈ ਕਾਰਨ ਕੀ ਹੈ ਕਿਉਂ ਇਹ ਜੀਵ ਜਿਹੜੇ ਹਨ ਦੁਖੀ ਹਨ ਸਹਿ ਪਾਤਸ਼ਾਹ ਜੀ ਨੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਸਾਡੇ ਜੀਵਾਂ ਦੇ ਹਿਰਦਿਆਂ ਨੂੰ ਸਾਡੇ ਕਰਤਵਾਂ ਨੂੰ ਵੇਖ ਕੇ ਇਹ ਸਿਧਾਂਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝ ਲਿਆ ਕਿ ਪੂਰੇ ਗੁਰੂ ਦੇ ਪੂਰਨ ਉਪਦੇਸ਼ ਤੋਂ ਬਿਨਾਂ ਇਹ ਲੋਕ ਇਹ ਜੀਵ ਜਿਹੜੇ ਨੇ ਇਹ ਦੁਖੀ ਹਨ ਇਹ ਭੁਲੇਖੇ ਵਿੱਚ ਨੇ ਇਹਨਾਂ ਨੂੰ ਆਪਣੇ ਆਪੇ ਦੀ ਸੋਝੀ ਨਹੀਂ ਪਰ ਲੋਕ ਦੀ ਇਹਨਾਂ ਨੂੰ ਖਬਰ ਨਹੀਂ ਇਸ ਵਾਸਤੇ ਅ ਗਿਆਨ ਕਾਲ ਦੀ ਦਸ਼ਾ ਵਿੱਚ ਰਹਿੰਦੇ ਹੋਏ ਜੀਵ ਸੋ ਜਿੱਦਾਂ ਹਨੇਰੇ ਵਿੱਚ ਕੋਈ ਤੁਰਦਾ ਠੋਕਰਾਂ ਖਾਂਦਾ ਐਸੀ ਇਹਨਾਂ ਦੀ ਹਾਲਤ ਹੈ ਤੋਂ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਆਪ ਜੀ ਨੇ ਬਾਲ ਵਿਵਸਥਾ ਤੋਂ ਹੀ ਇਹ ਕਾਰਜ ਸ਼ੁਰੂ ਕਰ ਦਿੱਤਾ ਹੈ ਜੀਵਾਂ ਦਾ ਭਲਾ ਕਰਨ ਲਈ ਪੂਰਨ ਗੁਰੂ ਜਦੋਂ ਪੂਰਨ ਗਿਆਨ ਬਖਸ਼ੇ ਪਰਮੇਸ਼ਵਰ ਦਾ ਜੀਵ ਦੇ ਆਪਣੇ ਆਪੇ ਦਾ ਸਾਡੇ ਜੀਵਾਂ ਦੇ ਸੁਧਾਰ ਵਾਸਤੇ ਸੁਭ ਸੰਸਕਾਰ ਮਿਲਣ ਗਿਆਨ ਦੇ ਸਾਡੇ ਸੁਧਰ ਸੁਭ ਵਿਚਾਰ ਹੋਵਣ ਸਾਡਾ ਵਿਹਾਰ ਬਦਲੇ ਜਿਹਦੇ ਸਦਕੇ ਇਹ ਜੀਵਨ ਜਿਹੜਾ ਸੁਖੀ ਹੋ ਜਾਏ ਤੇ ਅੱਗੇ ਪ੍ਰਲੋਕ ਵਿੱਚ ਵੀ ਇਸ ਦਾ ਭਲਾ ਹੋਵੇ ਤੋ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਲਕਾਂ ਵਿੱਚ ਖੇਡ ਰਚੀ ਹੈ ਬਹੁਤ ਸਾਰੇ ਬਾਲਕਾਂ ਨੂੰ ਤਤ ਗਿਆਨ ਦਾ ਪ੍ਰਕਾਸ਼ ਬਖਸ਼ ਕਰਕੇ ਜੀਵਨ ਸਫਲ ਕੀਤੇ ਵਿਦਿਆ ਪੜਨ ਵਾਸਤੇ ਗਏ ਨੇ ਤੇ ਹਜੂਰ ਨੇ ਤੱਕਿਆ ਕਿ ਜਿਹੜੇ ਵਿਦਿਆ ਪੜਾਉਣ ਵਾਲੇ ਲੋਕ ਨੇ ਧਾਰਮਿਕ ਲੋਕ ਹਨ ਵਿਦਿਆ ਪੜਾਉਣ ਵਾਲੇ ਹਨ ਇਹਨਾਂ ਲੋਕਾਂ ਨੂੰ ਜੇ ਗਿਆਨ ਬਖਸ਼ ਦਈਏ ਇਹ ਅੱਗੇ ਗਿਆਨ ਬਣ ਸਕਦੇ ਨੇ ਇਸ ਲਈ ਗੋਪਾਲ ਪਾਂਧਾ ਦੇ ਪਾਸ ਸਤਿਗੁਰੂ ਪਾਤਸ਼ਾਹ ਜੀ ਵਿਦਿਆ ਪੜਨ ਗਏ ਨੇ ਪਹਿਲੇ ਦਿਨ ਵਿਦਿਆ ਪੜੀ ਦੂਸਰੇ ਦਿਨ ਹਜੂਰ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਪਾਂਦੇ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸ੍ਰੀ ਰਾਗ ਦੇ ਵਿੱਚ ਉਹ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਦਰਜ ਹੈ ਔਰ ਕਵੀ ਸੰਤੋਖ ਸਿੰਘ ਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਧੁਰ ਕੀ ਬਾਣੀ ਦਾ ਇਲਾਹੀ ਸ਼ਬਦ ਜੋ ਹੈ ਉਸ ਨੂੰ ਬੜੇ ਸੁੰਦਰ ਢੰਗ ਦੇ ਨਾਲ ਵਿਆਖਿਆ ਸਹਿਤ ਤੇ ਪਾੰਦੇ ਦੇ ਪ੍ਰਸ਼ਨ ਤੇ ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਉੱਤਰ ਜਿਹੜੇ ਹਨ ਉਹਨਾਂ ਦਾ ਗਿਆਨ ਬਖਸ਼ਿਸ਼ ਕਰ ਰਹੇ ਨੇ। ਤੋਂ ਹਜੂਰ ਪਾਤਸ਼ਾਹ ਜੀ ਨੇ ਸਮਝਾਇਆ ਬਾਬਾ ਇਹੋ ਲੇਖਾ ਲਿਖ ਜਾ। ਜਿੱਥੇ ਨੇਖਾ ਮੰਗੀਆਂ ਤੇਥੇ ਹੋਏ ਸੱਚਾ ਨਿਸ਼ਾਨ ਆਹ ਲੇਖਾ ਆ ਹਿਸਾਬ ਇਹ ਵਿਚਾਰ ਜਿਹੜਾ ਹੈ ਇਹ ਬੁੱਧੀ ਰੂਪ ਕਾਗਜ਼ ਤੇ ਪ੍ਰੇਮ ਦੀ ਕਲਮ ਦੇ ਨਾਲ ਮੋਹ ਨੂੰ ਸਾੜ ਕੇ ਸਿਆਹੀ ਬਣਾ ਕਰਕੇ ਇਸ ਨੂੰ ਸੋ ਮਤ ਕਾਗਦ ਕਰਸਾਰ ਉਹਦੇ ਤੇ ਲਿਖਣਾ ਹੈ ਆਹੋ ਕਲਮ ਕਰ ਚਿੱਤ ਲਖਾਰੀ ਗੁਰਪੁਛ ਲਖਮੀਚਾਰ ਲਿਖ ਨਾਮ ਸਾਲਾ ਲਿਖ ਲਿਖੰਤ ਨਾ ਪਾਰ ਆਵ ਹੈ ਤੇ ਪਾਰ ਆਵਰ ਤੋਂ ਬਯੰਤ ਪਰਮੇਸ਼ਰ ਪਰ ਉਹਦਾ ਜਾਸਲ ਲਿਖਣਾ ਉਹਦਾ ਨਾਮ ਲਿਖਣਾ ਹੈ ਮੁੱਦੀ ਰੂਪ ਕਾਗਜ਼ ਤੇ ਤੇ ਨਾਲ ਧਿਆਨ ਰੱਖਣਾ ਕਿ ਉਹ ਬੇਅੰਤ ਹੈ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ ਜਦ ਇਉ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਤਾਂ ਪਾਂਦਾ ਜੀ ਨੇ ਮਨ ਦੇ ਸ਼ੰਕੇ ਗੁਰੂ ਕੋਲ ਪ੍ਰਗਟ ਕੀਤੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸੋ ਸੰਵధాన ਕੀਤਾ ਹੈ ਤਾਂ ਪਾਂਦਾ ਜੀ ਦੇ ਸਵਾਲ ਸਨ ਚੌਥੇ ਪਦ ਲਈ ਸ਼ਬਦ ਦੇ ਕਿ ਮਹਾਰਾਜ ਮੈਂ ਤੱਕਦਾ ਇਸ ਦੁਨੀਆ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਲੋਕ ਅਮੀਰ ਲੋਕ ਨੇ ਉਹਨਾਂ ਦੇ ਕੋਲ ਸੁੱਖ ਹੈ ਪਦਾਰਥ ਨੇ ਹਰ ਪ੍ਰਕਾਰ ਕਦੇ ਵੀ ਉਹ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ ਪਰ ਦੁਨੀਆ 'ਚ ਸੁਖੀ ਨੇ ਤੇ ਇੱਕ ਵਿਚਾਰੇ ਗਰੀਬ ਲੋਕ ਨੇ ਉਹ ਪਦਾਰਥਾਂ ਨੂੰ ਤਰਸਦੇ ਹਨ ਤੇ ਉਹ ਵੀ ਵਿਚਾਰੇ ਆਪਣੀ ਰੋਜੀ ਰੋਟੀ ਦੇ ਫਿਕਰਾਂ ਵਿੱਚ ਰਹਿੰਦੇ ਨਾ ਮੋਂ ਵੀ ਨਹੀਂ ਲੈਂਦੇ ਪਰਮੇਸ਼ਵਰ ਦਾ ਦੋ ਸਵਾਲ ਨੇ ਕਿ ਮਹਾਰਾਜ ਵੀ ਇਹ ਜਿਹੜੇ ਅਮੀਰ ਲੋਕ ਨੇ ਰਾਜੇ ਮਹਾਰਾਜੇ ਪਾਤਸ਼ਾਹ ਐਸ ਦੁਨੀਆ ਦੇ ਵਿੱਚ ਸਿਮਰਨ ਭਜਨ ਰੱਬ ਦੀ ਯਾਦ ਨਹੀਂ ਹੈ ਤੇ ਸੁੱਖ ਕਿਉਂ ਭੋਗਦੇ ਨੇ ਦੂਸਰਾ ਫਿਕਰ ਇਸ ਗੱਲ ਦਾ ਵੀ ਪ੍ਰਲੋਕ ਵਿੱਚ ਅੱਗੇ ਜਾ ਕੇ ਇਹਨਾਂ ਦਾ ਹਾਲ ਕੀ ਹੋਊ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਪਾਵਨ ਪਵਿੱਤਰ ਸੋ ਬਚਨ ਉਚਾਰਨ ਕੀਤੇ ਨੇ ਆਹੋ ਪਿਆਰ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਰੂਪ ਜੀ ਦੇ ਧੁਰ ਕੀ ਬਾਣੀ ਨੇ ਪਾਵਨ ਪਵਿੱਤਰ ਉਪਦੇਸ਼ ਜੋ ਪਾਂਧਾ ਜੀ ਨੇ ਸੁਣੇ তথা ਪਾਂਦੇ ਦੇ ਪਰਥਾਏ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਔਰ ਅਸੀਂ ਵੀ ਉਹ ਸ਼ਬਦ ਬਚਨ ਗੁਰੂ ਸਾਹਿਬ ਜੀ ਦੇ ਸੁਣ ਤੇ ਵਿਚਾਰ ਰਹੇ ਹਾਂ ਉਹ ਪਿਆਰਪੂਰਵਕ ਸਹਿਬ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਹੋਏ মুখ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਦੋਹਰਾ ਥਿਰਤਾ ਸੀ ਸੰਸਾਰ ਮਹਿ ਸੰਸਾਰ ਦੇ ਵਿੱਚ ਜੋ ਟਿਕਣਾ ਟਕਾ ਹੈ ਲਖ ਸੰਚਤ ਅਥ ਆਥ ਜੀਵ ਮੁਕਾਮ ਕਰ ਘਰ ਬੈਸਣ ਪਈ ਅਸੀਂ ਆਹ ਸਰੀਰ ਵਿੱਚ ਆਏ ਸਾਡਾ ਘਰ ਸਾਡਾ ਘਰ ਬਾਹਰ ਇਹਦੇ ਚ ਥਿਰਤਾ ਬਸ ਆਪਾਂ ਤੇ ਹੁਣ ਟਿਕੇ ਹੋਏ ਇਸ ਵਾਸਤੇ ਸੋ ਇਸ ਘਰ ਲਈ ਆਪਣੇ ਸੁੱਖਾਂ ਲਈ ਕਹਿੰਦੇ ਪਦਾਰਥੀ ਹੀ ਸਾਰੀ ਉਮਰ ਇਕੱਤਰ ਕਰਦੇ ਰਹਿੰਦੇ ਹਨ ਜੀਵ ਸੋਨ ਤੋ ਸ਼ਰੋਨ ਅਨਨ ਭਨਤ ਨਾਨਕ ਨਾਨਾਥ ਗਰੀਬਾਂ ਦੇ ਸਵਾਮੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਇਹ ਸਵਾਲ ਪਾੰਦਾ ਜੀ ਦੇ ਕਿਰਪਾ ਕਰਕੇ ਸ਼ਬਦ ਉਚਾਰਦੇ ਹਨ ਸ੍ਰੀ ਮੁਖਵਾਕ ਸ਼ਰੋਮਣੀ ਸਤਗੁਰੂ ਜੀ ਦੀ ਸ੍ਰੀ ਮੁਖਵਾਕ ਬਾਣੀ ਹੈ ਭੈ ਤਿਰ ਡਰ ਅਗਲਾ ਖਾਪ ਖਾਪ ਸਿਜੈ ਦੇਹ ਤਨ ਗਰੀਬ ਬਨਵਾ ਸ਼ਾਂਸ਼ਾ ਪਿਤਾ ਜੀ ਬਖਸ਼ਿਸ਼ ਕਰਦੇ ਨੇ ਪਾੰਦੇ ਨੇ ਕਿਹਾ ਮਹਾਰਾਜ ਭਈ ਜੀ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਕਿਉਂ ਨਹੀਂ ਰੰਬ ਡਰ ਦਿੰਦਾ ਫਿਰ ਇਹ ਡਰ ਕਰਕੇ ਤੇ ਰੱਬ ਦਾ ਨਾਮ ਜਪਣ ਤੇ ਗੁਰੂ ਕਹਿੰਦੇ ਨੇ ਡਰ ਤਾਂ ਹੈ ਪਰਮੇਸ਼ਵਰ ਦਾ ਭੈ ਤੇ ਹਰ ਇੱਕ ਨੂੰ ਹੈ ਦਿੱਤਾ ਹੋਇਆ ਪਰ ਜੀਵ ਸਮਝਦੇ ਨਹੀਂ ਭੈ ਤੇਰਾ ਡਰ ਅਗਲਾ ਦਿਨੇ ਰਾਤ ਇਹਨਾਂ ਜੀਵਾਂ ਨੂੰ ਬਹੁਤਾ ਹੀ ਡਰ ਵਿਆਪਦਾ ਹੈ ਨਾਮ ਜਿਨਾ ਸੁਲਤਾਨ ਖਾਨ ਹਵਾਵ ਕੇ ਖਪ ਖਪਛੀ ਜਾਂਦੇ ਸੋ ਖਪ ਖਪ ਕਰਕੇ ਧੰਦਿਆਂ ਬਿਹਾਰਾਂ ਵਿੱਚ ਦੇਸ਼ ਜਿੰਦੀ ਜਾਂਦੀ ਹੈ ਤੇ ਭੈ ਤਾਂ ਜੀਵਾਂ ਦੇ ਤਾਂ ਹੀ ਬਹੁਤ ਇਸ ਪ੍ਰਕਾਰ ਵਿਆਪਤਾ ਰਿਹਾ ਹੈ ਨਾਮ ਜਨਾ ਨਾਮ ਜਿਨਾ ਸੁਲਤਾਨ ਖਾਨ ਤੋ ਮਹਾਰਾਜ ਤੋ ਕਹਿੰਦੇ ਨੇ ਭੀ ਜੇਨਾਂ ਦੇ ਨਾਮ ਖਾਨ ਤੇ ਸੁਲਤਾਨ ਖਾਨ ਜਿਹੜੇ ਸਰਦਾਰੀਆਂ ਰਜਵਾੜੇ ਤੇ ਇਸ ਪ੍ਰਕਾਰ ਸੁਲਤਾਨ ਚੱਕਰਮਰਤੀ ਪਾਦਸ਼ਾਹ ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਠੇਖੇ ਆ ਦੇਖੋ ਸਾਹਮਣੇ ਹੀ ਖੇ ਵਿੱਚ ਮਿਲਦੇ ਦੇਖੀਦੇ ਹਨ ਭੈ ਹੀ ਹਨ ਐਡੇ ਵੱਡੇ ਦੁਨੀਆ 'ਚ ਰਾਜੇ ਹੋ ਗਏ ਪਰ ਅਖੀਰ ਨੂੰ ਮਰ ਕਰਕੇ ਧੂੜ ਵਿੱਚ ਮਿੱਟੀ ਦੇ ਵਿੱਚ ਰਲਦੇ ਨੇ ਕੋਈ ਦਫਨ ਕੀਤਾ ਜਾਂਦਾ ਹੈ ਕਿਸੇ ਦਾ ਸਸਕਾਰ ਹੋ ਜਾਂਦਾ ਹੈ ਇਹ ਸਭ ਦੁਨੀਆ ਨੂੰ ਪਤਾ ਹੈ ਜੇ ਜਦੋਂ ਪਰੋਸ਼ੀ ਕੇ ਜੋ ਹੁਆ ਤੂੰ ਆਪਣੇ ਪੀ ਜਾਂ ਪਰੋਸ਼ੀਆਂ ਦੇ ਜੇ ਕਾਲ ਵਿਆਪਿਆ ਮੌਤ ਆਈ ਤੇ ਸਾਡੇ ਸਿਰ ਤੇ ਵੀ ਆਉਣੀ ਹੈ ਦਰ ਤਾਂ ਪਰਮੇਸ਼ਰ ਨੇ ਦਿੱਤਾ ਹੋਇਆ ਪਰ ਜੀਵ ਸਮਝਦੇ ਨਹੀਂ ਹਨ ਨਾਨਕ ਉੱਠੀ ਚੱਲਿਆ ਹਜੂਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਉੱਠੀ ਚੱਲਿਆ ਕਹਿੰਦੇ ਦੇਖੋ ਸੁਲਤਾਨ ਖਾਨ ਦੁਨੀਆ ਵਿੱਚ ਬੜੇ ਪਰ ਉੱਠ ਕੇ ਦੁਨੀਆ ਤੋਂ ਜਾਂਦੇ ਹਨ ਸਭ ਕੂੜੇ ਟੁੱਟੇ ਨੇਹ ਤੇ ਜਿਹਨਾਂ ਪਦਾਰਥਾਂ ਨੂੰ ਇਕੱਠਿਆਂ ਕਰਦੇ ਆ ਜਿਹਨਾਂ ਸੰਬੰਧੀਆਂ ਦੇ ਨਾਲ ਮੋਹ ਕਰਦੇ ਆ ساری ਜ਼ਿੰਦਗੀ ਗੁਜ਼ਾਰੀ ਤੋ ਕਹਿੰਦੇ ਨੇ ਭਾਈ ਸੋ ਸਭ ਕੂੜੇ ਟੁੱਟੇ ਨੇ ਸਭ ਝੂਠੇ ਨੇ ਮੋਹ ਨੇ ਮੈਨੇ ਪ੍ਰੇਮ ਮੋਹ ਇਹ ਸਾਰਾ ਕਹਿੰਦੇ ਉਸੇ ਮੇਲੇ ਟੁੱਟ ਜਾਂਦਾ ਜਦੋਂ ਮਨੁੱਖ ਅੱਖਾਂ ਮੀਟ ਜਾਂਦਾ ਆਪ ਮਰੇ ਜੱਗ ਪਰ ਲੋਕ ਕੌਣ ਕਿਸੇ ਦਾ ਜੋ ਕਹਿੰਦੇ ਦੇਖੋ ਐਸਾ ਭੈ ਤਾਂ ਵਾਪਰਿਆ ਜੀਵਾਂ ਨੂੰ ਚਾਉ ਪਈ ਨਿਸਬਾ ਸਰ ਇਸ ਸਰਸ ਡਰਾਇਓ ਦੇਖੋ ਕਮੀ ਜੀ ਹੁਣ ਟੀਕਾ ਕਰ ਦਿਨੇ ਰਾਤ ਸਰਸ ਬਹੁਤਾ ਹੀ ਜੀਵ ਨੂੰ ਡਰਾਇਆ ਹੈ ਪਰਮੇਸ਼ਵਰ ਨੇ ਭੈ ਤਾਂ ਦਿੱਤਾ ਹੈ ਨੀ ਮੰਦ ਮਤੀ ਭਾ ਪੈ ਸੋ ਭੁਲਾਇਓ ਹਰੇ ਮੰਦੀ ਮਤ ਵਾਲੇ ਜੀਵਾਂ ਨੇ ਉਸ ਭੈ ਨੂੰ ਭੁਲਾ ਛੱਡਿਆ ਹੋਇਆ ਹੈ ਤੇ ਇਹਨਾਂ ਨੇ ਮਰਨਾ ਮਨੋਂ ਵਿਸਾਰਿਆ ਭੁਲਾ ਛੱਡਿਆ ਹੈ ਚਨ ਚਨ ਆਇਰ ਬੀਤਤ ਜਾਈ ਉਮਰ ਜਣੀ ਹੈ ਇਹ ਤਾਂ ਸੋ ਭਾਈ ਸੋ ਛਣ ਛਣ ਔਦ ਮਿਹਾਤੇ ਫੂਟੇ ਘਟ ਜਿਓ ਪਾਣੀ ਫੁੱਟੇ ਹੋਏ ਘੜੇ ਦਾ ਪਾਣੀ ਹੌਲੀ ਹੌਲੀ ਸਿਮ ਦਾ ਸਿਮ ਦਾ ਮੁੱਕ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਦੇਹ ਹੈ ਸੋ ਇਸ ਪ੍ਰਕਾਰ ਪਰਮੇਸ਼ਵਰ ਨੇ ਪੰਜਾਂ ਤੱਤਾਂ ਦੀ ਇਹ ਦੇਹ ਦਾ ਭਾਂਡਾ ਬਣਾ ਕੇ ਸਵਾਸਾਂ ਰੂਪ ਜਲ ਪਾਇਆ ਹੈ ਅਤੇ ਸਾਡਾ ਨਿਤ ਪ੍ਰਤੀ ਹਰ ਵੇਲੇ ਸਵਾਸ ਇਹਦੇ ਵਿੱਚੋਂ ਖਾਰਜ ਹੁੰਦੇ ਜਾ ਰਹੇ ਹਨ ਮੁੱਕਦੇ ਜਾ ਰਹੇ ਨੇ ਇੱਕ ਦਿਨ ਮੁਕਨੇ ਹਨ ਇਸ ਵਾਸਤੇ ਕਹਿੰਦੇ ਨੇ ਇਹ ਜੀਵ ਜਣੇ ਨੇ ਸੋ ਦੇਹ ਛਿਜਦੀ ਜਾਂਦੀ ਹੈ ਦਿਨ ਦਿਨ ਦੇਹ ਦਸ਼ਾ ਪਲਟਾਈ ਤੇ ਇਹ ਨਾਲ ਦੇ ਨਾਲ ਹੀ ਪਤਾ ਲੱਗਦਾ ਹੈ ਦਿਨੋਂ ਦਿਨ ਦੇਹ ਦੀ ਸਰੀਰ ਦੀ ਦਸ਼ਾ ਬਦਲਦੀ ਜਾਂਦੀ ਹੈ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੁਢੇਪੇ ਵੱਲ ਨੂੰ ਤੁਰ ਜਾਂਦੀ ਹੈ। ਬਿਸ਼ਨ ਮਹ ਖਾਪ ਬਹੁ ਕਰਨਿਹਾ ਬਹੁਤਾ ਹੀ ਮੋਹ ਕਰਕੇ ਪਦਾਰਥਾਂ ਵਿੱਚ ਸਬੰਧੀਆਂ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਮਾੜੇ ਕਰਮਾਂ ਵਿੱਚ ਜੀਵ ਲੱਗਾ ਹੁੰਦਾ ਹੈ। ਅੰਤ ਕਾਲ ਮੈ ਸੀਜਤ ਦੇਹਾ ਤੇ ਅੰਤ ਨੂੰ ਦੇਸ਼ੇਜ ਜਾਂਦੀ ਹੈ। ਰਾਜੇ ਮਹਾਰਾਜੇ بڑے بڑے ਦੁਨੀਆਂ ਦੇ ਅਮੀਰ ਲੋਕ ਜਿਨ੍ਹਾਂ ਨੂੰ ਦਵਾਈਆਂ ਤੇ ਖੁਰਾਕਾਂ ਦੀ ਕੋਈ ਕਮੀ ਨਹੀਂ ਪਰ ਬੁਢੇਪਾ ਆਉਂਦਾ ਸਥਲ ਹੁੰਦਾ ਹੈ। ਕਮਜ਼ੋਰ ਹੁੰਦੇ। ਸੋ ਕਹਿੰਦੇ ਦੇਖ ਲੋ ਦੇਹ ਸਿਜ ਜਾਂਦੀ ਹੈ ਕਮਜ਼ੋਰ ਹੋ ਜਾਂਦੀ ਹੈ। ਖਾਨ ਸੁਲਤਾਨ ਪਨੇਹੀ ਜਿਨ੍ਹਾਂ ਨੂੰ ਖਾਨ ਸਾਹਿਬ ਤੇ ਸੁਲਤਾਨ ਸਾਹਿਬ ਕਰਕੇ ਦੁਨੀਆ ਕਹਿੰਦੀ ਸੀ। ਦ੍ਰਿਸ਼ਟਾਵਤ ਹੈ ਮ੍ਰਤੇਖੀ ਹੀ। ਉਹ ਸਾਹਮਣੇ ਹੀ ਦਿਸਦੇ ਹਨ ਅਖੇ ਮਿੱਟੀ ਵਿੱਚ ਮਿਲਦੇ ਹਨ। ਪੂਰੋ ਨੇਹੋ ਦੇਹ ਧਨ ਜੋ। ਸੋ ਕਹਿੰਦੇ ਨੇ ਭਾਈ ਦੇਹ ਸਰੀਰ ਦਾ ਤੇ ਧਨ ਦੇ ਨਾਲ ਨੇ ਜਿਹੜਾ ਮੋਹ ਕਰਨਾ ਹੈ ਇਹ ਝੂਠਾ ਹੈ। ਨਾਲ ਜਾਣ ਵਾਲਾ ਨਹੀਂ ਜੀਵ ਦੇ ਛੋਟ ਚਲਿਓ ਬਸ ਚਲ ਤਨਾ ਕੋ ਜੀਵ ਇੱਥੇ ਛੱਡ ਕਰਕੇ ਨਿਖਰੋ ਚਲਾ ਜਾਂਦਾ ਹੈ ਕੋਈ ਵਸ ਨਹੀਂ ਜਾਂਦਾ ਇਸ ਪ੍ਰਾਣੀ ਦਾ ਕੋਈ ਪੇਸ਼ ਨਹੀਂ ਜਾਂਦੀ ਹੈ ਇਸ ਪ੍ਰਕਾਰ ਜਮਦੂਤ ਲੈ ਜਾਂਦੇ ਨੇ ਪਕੜ ਕਰਕੇ ਸੂਖਮ ਸਰੀਰ ਨੂੰ ਸਥੂਲ ਸਰੀਰ ਚੋਂ ਮੈਂ ਹੈ ਜਵਹੀ ਇਹ ਸੰਗ ਅਗਾਰੀ ਇਸ ਵਾਸਤੇ ਦੇਖੋ ਨਾ ਇਸ ਸਰੀਰ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਗ ਕੀ ਦੇਹ ਨ ਸੰਗਸਦਾ ਜੀਵ ਦੁਨੀਆ ਚ ਆਇਆ ਇਹ ਸਰੀਰ ਲੈ ਕੇ ਦੁਨੀਆ ਚ ਆਇਆ ਪਰ ਜਾਣ ਲੱਗਿਆ ਸਰੀਰ ਜਾਏਗਾ ਨਹੀਂ ਦੇਹ ਵੀ ਇੱਥੇ ਰਹਿ ਜਾਓ ਤੇ ਇਹ ਸਦੇਹ ਰਹਿ ਜਾਣਾ ਤੇ ਫਿਰ ਧਨ ਦੌਲਤ ਕਿਹੜੀ ਨਾਲ ਜਾਏਗੀ ਕਹਿੰਦੇ ਇੱਥੇ ਹੀ ਰਹਿ ਜਾਂਦਾ ਜੀਵ ਦਾ ਜਿਨਹ ਹਿਤ ਨਿਜ ਬਾਜੀ ਹਾਰੀ ਤੇ ਜਿਨ੍ਹਾਂ ਵਿੱਚ ਹਿਤ ਕਰਕੇ ਜਿਨ੍ਹਾਂ ਵਾਸਤੇ ساری ਉਮਰ ਮਨੁੱਖਾਂ ਜਨਮ ਦੀ ਬਾਜੀ ਸਾਰੀ ਹਾਰ ਕੇ ਜੀਵ ਜਾਂਦਾ ਹੈ ਦੋਹਰਾ ਗਿਆਨਹੀਨ ਅਗਿਆਨ ਮਹ ਤੋ ਦੇਖੋ ਜਿਹੜੇ ਗਿਆਨ ਤੋਂ ਸਖਣੇ ਲੋਕ ਨੇ ਵਾਹਿਗੁਰੂ ਦੇ ਗਿਆਨ ਤੋਂ ਅਗਿਆਨ ਜੋ ਹਨ ਅਗਿਆਨੀ ਹਨ ਨਹਿ ਜਾਣੇ ਨੇ ਜਕਾਲ ਉਹ ਆਪਣੇ ਕਾਲ ਨੂੰ ਆਪਣੇ ਜੀਵਨ ਦੇ ਅੰਤ ਨੂੰ ਕਦੇ ਚੇਤੇ ਨਹੀਂ ਕਰਦੇ ਹਨ ਨੈਨਹੀਨ ਜਿਉਂ ਜਾਤ ਹੈ ਇਹ ਤਾਂ ਇਉਂ ਦ੍ਰਿਸ਼ਟਾਂਤ ਦਿੱਤਾ ਭਾਈ ਸਾਹਿਬ ਨੇ ਜਿਵੇਂ ਕਿਸੇ ਦੇ ਨੇਤਰਾ 'ਚ ਨਿਗਾ ਨਾ ਹੋਵੇ ਤੇ ਉਹ ਤੁਰਿਆ ਜਾਂਦਾ ਹੈ ਸਾਹਮਣੇ ਸਾਹਮਣੇ ਸਰਪ ਵਿਸਾਲ ਸਾਹਮਣੇ ਵੱਡਾ ਭਾਰੀ ਅਜਗਰ ਸੱਪ ਸੋ ਖੜਾ ਹੋਵੇ ਮੂੰਹ ਖੋਲ ਕਰਕੇ ਅੰਨਾ ਆਦਮੀ ਸਿੱਧਾ ਹੀ ਜਾਂਦਾ ਏ ਸੱਪ ਦੇ ਮੂੰਹ ਨੂੰ ਕਾਲ ਬਿਆਲ ਜਿਉ ਪਰਿਓ ਡੋਲੇ ਮੁੱਖ ਫਸਾਰੇ ਮੀਤ ਨਾਵੇਂ ਪਾਤਸ਼ਾਹ ਕਹਿੰਦੇ ਏ ਪ੍ਰਾਣੀ ਕਾਲ ਰੂਪ ਅਜਗਰ ਸੱਪ ਜਿਹੜਾ ਏ ਉਹ ਮੂੰਹ ਖੋਲ ਕਰਕੇ ਹਰ ਵੇਲੇ ਤੇਰੇ ਵੱਲ ਤੱਕ ਰਿਹਾ ਕਿ ਕਿਹੜੇ ਵੇਲੇ ਸਵਾਸ ਪੂਰੇ ਹੋਣ ਤੇ ਮੈਂ ਇਸ ਦਾ ਭਖਣ ਕਰਾਂ ਪਰ ਅਸੀਂ ਅਗਿਆਨੀ ਜੀਵ ਸਮਝਦੇ ਨਹੀਂ ਚਾਉ ਪਈ ਕਰਨਾ ਕਰ ਸਤਿਗੁਰ ਜਿਸ ਭੇਟਾ ਹਜੂਰ ਕਹਿੰਦੇ ਕਿਰਪਾ ਕਰਕੇ ਅਕਾਲ ਪੁਰਖ ਦੀ ਮਿਹਰ ਹੋਵੇ ਜੇ ਨੂੰ ਪੂਰਾ ਗੁਰੂ ਮਿਲ ਜਾਵੇ ਤੇ ਕੋ ਲੱਗੇ ਨਾ ਜਮ ਕੀ ਫੇਟ ਐ ਫਿਰ ਕਹਿੰਦੇ ਉਸ ਨੂੰ ਜਮ ਦੀ ਫੇਟ ਜੰਮ ਦਾ ਜਿਹੜਾ ਹੈ ਸੋ ਡੰਡਾ ਨਹੀਂ ਸਿਰ ਤੇ ਵੱਜਦਾ ਜਮ ਦੀ ਫੇਟ ਨਹੀਂ ਦੁੱਖ ਨਹੀਂ ਦਿੰਦਾ ਹੈ ਉਸ ਨੂੰ ਸਰਗੁਪਦੇਸ਼ ਗਿਆਨ ਦੀਨ ਨਾ ਪੂਰਾ ਗੁਰੂ ਕਿਰਪਾ ਕਰਦਾ ਹੈ ਸੋ ਸੋ ਉਪਦੇਸ਼ ਦੇ ਕਰਕੇ ਗਿਆਨ ਰੂਪ ਨੇਤਰ ਬਖਸ਼ ਦਿੰਦਾ ਹੈ ਕਿਉਂਕਿ ਵਾਹਿਗੁਰੂ ਪਰਮੇਸ਼ਵਰ ਦਾ ਗਿਆਨ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਜਿਹੜਾ ਉਹ ਨੇਤਰ ਨੇ ਨੇਤਰਾਂ ਦੀ ਨਿਗਾਹ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਬਿਨਾਸ ਅਗਿਆਨ ਦਾ ਹਨੇਰਾ ਦੂਰ ਕਰਦੇ ਗੁਰੂ ਗਿਆਨ ਦਾ ਪ੍ਰਕਾਸ਼ ਬਖਸ਼ਦੇ ਹਨ ਸਰਬ ਕਾਲ ਕੋ ਕਬ ਤਿਹ ਭੈ ਨ ਤੇ ਕਹਿੰਦੇ ਕਦੇ ਵੀ ਕਾਲ ਰੂਪ ਸੱਪ ਦਾ ਡਰ ਹੀ ਨਹੀਂ ਰਹਿੰਦਾ ਮੌਤ ਦਾ ਭੈ ਨਹੀਂ ਹੁਣ ਰਹਿੰਦਾ ਜਿਹੜਾ ਨੂੰ ਪੂਰੇ ਗੁਰੂ ਦਾ ਉਪਦੇਸ਼ ਮਿਲ ਗਿਆ ਹੈ ਲਾਗੀ ਨਾਮ ਵਿਖਿਆਲੇ ਬਨ ਕੀ ਉਹਨਾਂ ਨੇ ਪਰਮੇਸ਼ਵਰ ਦੇ ਸਤਨਾਮ ਸ੍ਰੀ ਵਾਹਿਗੁਰੂ ਦੇ ਵਿੱਚ ਲੱਗ ਗਈ ਹੈ ਖਿਤ ਤੇ ਪ੍ਰੀਤ ਤਜੀ ਤਨ ਧਨ ਕੀ ਉਹਨਾਂ ਨੇ ਨਾਮ ਦੇ ਵਿੱਚ ਪ੍ਰੇਮ ਜੋੜ ਲਿਆ ਨਾ ਧਨ ਨਲ ਪ੍ਰੀਤ ਇਹਨਾਂ ਤਨ ਨਾਲ ਪ੍ਰੀਤ ਹੈ ਰਹਿੰਦੇ ਵਿੱਚ ਨੇ ਵਰਤਦੇ ਦੇਹ ਸਰੀਰ ਦੇ ਨਾਲ ਤੇ ਮਾਇਆ ਵਿੱਚ ਵਰਤਦੇ ਨੇ ਪਰ ਪ੍ਰੇਮ ਜਿਹੜਾ ਹੈ ਉਹ ਵਾਹਿਗੁਰੂ ਦੇ ਨਾਮ ਵਿੱਚ ਹੈ ਉਹਨਾਂ ਦਾ ਪਰਮਾਰਥ ਮੈਂ ਦ੍ਰਿਸ਼ਟ ਲਗਾਈ ਉਹਨਾਂ ਨੇ ਪਰਮਾਰਥ ਪਰਮੇਸ਼ਵਰ ਦੇ ਗਿਆਨ ਵਿੱਚ ਵਾਹਿਗੁਰੂ ਦੇ ਵਿੱਚ ਆਪਣੀ ਲਿਬ ਲਾਈ ਹੈ ਜਗਕਾਰਜ ਤੇ ਬ੍ਰਿਤੇ ਉਠਾਈ ਜਗ ਦੇ ਕੰਮਾਂ ਧੰਧਿਆਂ ਤੋਂ ਮਿਰਤੀ ਉੱਚੀ ਕਰ ਲਈ ਹੈ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਗੁਰਸਿੱਖਾਂ ਨੇ ਸਵਾਲ ਕੀਤਾ ਕਹਿੰਦੇ ਗਰੀਬ ਨਿਵਾਜ ਇਤਨੀਆਂ ਸੰਗਤਾਂ ਤੁਹਾਡੇ ਚਰਨਾਂ ਚ ਨਿਤ ਆਉਂਦੀਆਂ ਨੇ ਉਹਨਾਂ ਦੀਆਂ ਅਰਦਾਸਾਂ ਸੁਣਨੀਆਂ ਉਹਨਾਂ ਸੰਗਤਾਂ ਨੂੰ ਸਤਿਕਾਰ ਦੇਣਾ ਲੰਗਰਾਂ ਦੇ ਪ੍ਰਬੰਧ ਕਰਨੇ ਰਹਿائش ਦੇ ਪ੍ਰਬੰਧ ਕਰਨੇ ਮਹਾਰਾਜ ਇਹ ਇਤਨਾ ਵੱਡਾ ਕਾਰਜ ਹੈ ਤੇ ਗਰੀਬ ਨਿਵਾਜ ਭਈ ਤੁਸੀਂ ਪਰਮੇਸ਼ਰ ਵਿੱਚ ਕਿਸ ਤਰੀਕੇ ਨਾਲ ਚਿੱਤ ਜੋੜਦੇ ਹਾਂ ਮਹਾਰਾਜ ਤੇ ਸਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜੋ ਬਚਨ ਕੀਤਾ ਗੁਰਬਾਣੀ ਵਿੱਚ ਦਰਜ ਹੈ ਹਜੂਰ ਕਹਿੰਦੇ ਨੇ RAM ਨਾਮ ਮੇਰਾ ਚਿੱਤ ਲੰਗਾ ਲੋਗ ਨੂੰ ਸਿਉ ਮੇਰਾ ਠਾਠਾ ਬਾਗਾ ਮਹਾਰਾਜ ਕਹਿੰਦਾ ਇਹ ਤਾਂ ਦੁਨੀਆ ਦੇ ਨਾਲ ਠਾਠਾ ਬਾਗਾ ਹੈ ਹਾਂ ਜੀ ਆਓ ਜੀ ਠੀਕ ਆ ਜੀ ਬਾਕੀ ਕਹਿੰਦੇ ਚਿੱਤ ਤਾਂ ਸਾਡਾ ਪਰਮੇਸ਼ਰ ਵਿੱਚ ਜੁੜਿਆ ਹੋਇਆ ਹੈ ਹਰ ਵੇਲੇ ਜਿਹੜਾ ਚਿੱਤ ਹੈ ਸਾਡੀ ਸੁਰਤ ਹੈ ਉਹ ਤੇ ਸਿਮਰਨ ਵਿੱਚ ਹੈ ਇਹ ਠਾਠਾ ਬਾਗਾ ਦੁਨੀਆ ਦਾ ਬਿਹਾਰ ਘਾਰ ਕਿਉਂਕਿ ਨਾਮ ਜਪਉਣਾ ਇਸ ਵਾਸਤੇ ਕਰ ਰਹੇ ਹਾਂ ਦੇਹ ਆਦਿਕ ਮਿਥਿਆ ਸਭ ਜਾਣੇ ਜਿਸ ਦੀ ਸੁਰਤ ਨਾਮ ਵਿੱਚ ਲੰਗ ਜਾਏ ਜਿਸ ਦਾ ਪ੍ਰੇਮ ਸਿਮਰਨ ਵਿੱਚ ਲੱਗ ਜਾਊਗਾ ਉਹ ਜਾਣੇਗਾ ਕਿ ਆਹ ਸਰੀਰ ਮਿਥਿਆ ਨਾਸਵੰਤ ਹੈ ਔਰ ਉਸ ਨੂੰ ਇਹ ਗਿਆਨ ਮਿਲਦਾ ਹੈ ਗੁਰੂ ਬਖਸ਼ਿਸ਼ ਕਰਦੇ ਨੇ ਸਿਮਰਨ ਵਿੱਚ ਜੁੜ ਕੇ ਜਦੋਂ ਸੁਰਤ ਸਿਮਰਨ ਵਿੱਚ ਜੁੜਦੀ ਹੈ ਲੱਗਦੀ ਹੈ ਉਸ ਵੇਲੇ ਬੰਦਾ ਦੇ ਤੋਂ ਵਿਦੇ ਹੁੰਦਾ ਹੈ ਇਹ ਸਿਮਰਨ ਦਾ ਆਨੰਦ ਹੈ ਜਿਹੜਾ ਅਨਾਦ ਗੁਰੂ ਬਖਸ਼ ਦੇਵੇ ਫਿਰ ਬੰਦਾ ਨੂੰ ਇਹ ਸੋਝੀ ਮਿਲਦੀ ਹੈ ਕਿ ਮੈਂ ਸਰੀਰ ਨੂੰ ਕਹਿੰਦਾ ਸੀ ਕਿ ਮੈਂ ਹਾਂ ਮੇਰਾ ਸਰੀਰ ਇਹਦੇ ਵਿੱਚ ਵਿਪੇਦ ਹੈ ਆਪਾਂ ਕਹਿੰਦਾ ਮੇਰਾ ਸਰੀਰ ਹੁਣ ਸਾਡੇ ਕੋਈ ਵੀ ਘਰ ਆ ਮੇਰੀ ਚੀਜ਼ ਹੈ ਆਸਮਾਨ ਮੇਰਾ ਇਦਾਂ ਇਹ ਕਹਿੰਦੇ ਆ ਸਰੀਰ ਮੇਰਾ ਹੈ ਇਹਦਾ ਮਤਲਬ ਸਮਾਨ ਵੱਖਰੀ ਚੀਜ਼ ਹੈ ਔਰ ਮੈਂ ਵੱਖਰਾ ਹ ਜਦੋਂ ਕਹਿੰਦੇ ਮੇਰਾ ਸਰੀਰ ਇਹਦਾ ਮਤਲਬ ਇਹ ਜਿਹੜਾ ਸਰੀਰ ਹੈ ਇਹਦੇ ਤੇ ਮੇਰ ਕਰਨ ਵਾਲਾ ਕੋਈ ਅਲੱਗ ਹੈ ਇਸ ਵਾਸਤੇ ਜਿਸ ਵੇਲੇ ਲਿਬ ਜੁੜ ਜਾਂਦੀ ਸਿਮਰਨ ਦੇ ਵਿੱਚ ਉਦੋਂ ਬੰਦਾ ਕਹਿੰਦਾ ਮੈਂ ਆਤਮਾ ਹਾਂ ਮੈਂ ਸਰੀਰ ਦਾ ਵੇਦਾਂਤ ਵਿੱਚ ਇਸ ਗੱਲ ਨੂੰ ਕਥਨ ਕੀਤਾ ਗੁਰੂ ਸਾਹਿਬ ਗੁਰਬਾਣੀ ਵਿੱਚ ਜੋੜ ਕਰਕੇ ਸਾਨੂੰ ਉਸ ਦਾ ਅਨੁਭਵ ਕਰਾਉਂਦੇ ਨੇ ਉਹਦੀ ਪ੍ਰਾਪਤੀ ਕਰਾਉਂਦੇ ਆ ਫਿਰ ਮਨੁੱਖ ਨੂੰ ਇਹ ਪ੍ਰਾਪਤੀ ਹੁੰਦੀ ਹੈ ਕਿ ਮੈਂ ਤਾਂ ਆਤਮ ਰੂਪ ਹਾਂ ਜੋਤ ਰੂਪ ਹਾਂ ਪ੍ਰਕਾਸ਼ ਰੂਪ ਹਾਂ ਮੇਰਾ ਰੂਪ ਅਸਲ ਉਹ ਹੈ ਔਰ ਇਹ ਸਰੀਰ ਤਾਂ ਉਸ ਮਾਲਕ ਵਾਹਿਗੁਰੂ ਜੀ ਦੀ ਦਾਤ ਹੈ ਇਸ ਵਾਸਤੇ ਸੋ ਗੁਰੂ ਸਾਹਿਬ ਨੇ ਬਾਣੀ ਵਿੱਚ ਇਸ ਸਰੀਰ ਨੂੰ ਇਉਂ ਕਿਹਾ ਕਹਿੰਦੇ ਨੇ ਹਰ ਮੰਦਰ ਹਰ ਜੀ ਉਸ ਸਾਜਿਆ ਰੱਖਿਆ ਬੰਦ ਬੜਾਏ ਹਰੀ ਨੇ ਰਹਿਣ ਵਾਸਤੇ ਸਾਡਾ ਸਰੀਰ ਹਰ ਮੰਦਰ ਬਣਾਇਆ ਕਿਉਂਕਿ ਇਹਦੇ ਵਿੱਚ ਹਰੀ ਪਰਮੇਸ਼ਵਰ ਹੈ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਹਨ ਜਤ ਉਹ ਵਾਹਿਗੁਰੂ ਪਰਮੇਸ਼ਵਰ ਸੋ ਆਪ ਇਹਦੇ ਵਿੱਚ ਨਿਵਾਸ ਕਰਦਾ ਹੈ ਸਾਡੀ ਆਤਮਾ ਰੂਪ ਹੋ ਕੇ ਤੋ ਜਦੋਂ ਗੁਰੂ ਬਖਸ਼ਿਸ਼ ਕਰਕੇ ਉਸ ਬ੍ਰਹਮ ਪਰਮੇਸ਼ਵਰ ਦਾ ਨਾਮ ਬਖਸ਼ ਦਿੰਦੇ ਨੇ ਜਦੋਂ ਸਾਡੀ ਸੁਰਤ ਸੋ ਇਕਾਗਰ ਹੋ ਕਰਕੇ ਨਾਮ ਜੁੜਦੀ ਹੈ ਨਾਮ ਦਾ ਮਾਲਕ ਨਾਮੀ ਜਦੋਂ ਸਾਡੇ ਅਨਪਮ ਹੋ ਜਾਂਦਾ ਹੈ ਜਦੋਂ ਅੰਦਰ ਆਪਣੇ ਆਪ 'ਚ ਪ੍ਰਤੀਤ ਹੋ ਜਾਂਦਾ ਅਨਪਮ ਹੋ ਜਾਂਦਾ ਕਿ ਮੈਂ ਕੀ ਹਾਂ ਮੇਰਾ ਸਰੂਪ ਕੀ ਹੈ ਤੋਂ ਉਸ ਪ੍ਰਕਾਰ ਜਿਸ ਨੂੰ ਨਿਜ ਘਰ ਮਹਿਲ ਕਿਹਾ ਹੈ ਜਿਸ ਨੂੰ ਸੋ ਇਸ ਪ੍ਰਕਾਰ ਸਹਿਜ ਗਿਆਨ ਕਿਹਾ ਹੈ ਉਹ ਉਸ ਅਵਸਥਾ ਵਿੱਚ ਜਾ ਕੇ ਜਦੋਂ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਪਾਤਸ਼ਾਹ ਇੱਥੇ ਭਾਈ ਸਾਹਿਬ ਅਰਥ ਕਰਦੇ ਨੇ ਬਾਣੀ ਦੇ ਕਿ ਜਦੋਂ ਨਾਮ ਦੇ ਵਿੱਚ ਚਿੱਤ ਜੋੜ ਦਿੰਦਾ ਵਾਹ ਸਤਿਗੁਰੂ ਉਪਦੇਸ਼ ਦੇ ਕਰਕੇ ਨਾਮ ਵਿੱਚ ਜੋੜ ਦਿੰਦਾ ਸਿੱਖ ਨੂੰ ਉਸ ਵੇਲੇ ਧਨ ਤੇ ਦੇਹ ਆਦਿਕ ਮਿੱਥਿਆ ਪ੍ਰਤੀਤ ਹੁੰਦੇ ਨੇ ਵੀ ਇਹ ਸਦਾ ਰਹਿਣ ਵਾਲੇ ਨਹੀਂ ਹਨ ਵਿਸ਼ੇ ਬਾਸ਼ ਨਾ ਮਨ ਬਿਸਰਾਨੇ ਸਿਮਰਨ ਕਰਨ ਦੇ ਨਾਲ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ অহੰਕਾਰ ਇਹ ਸਭ ਸ਼ਾਂਤ ਹੋ ਜਾਂਦੇ ਵੈਸੇ ਤਾਂ ਬਾਣੀ ਵਿੱਚ ਇਥੋਂ ਤੱਕ ਵੀ ਗੁਰੂ ਨੇ ਕਿਹਾ ਜੋਏ ਦੂਤ ਮੋਹ ਬਹੁ ਸੰਤਾਵਤ ਤੇ ਭੈਅ ਅਨਕ ਭਇਆ ਕਰੈ ਬੇਨਤੀ ਰਾਖਟ ਠਾਕੁਰ ਤੇ ਹੰਮ ਤੇਰੀ ਸਰਨਾਇਆ ਇਹ ਕਾਮ ਕ੍ਰੋਧ ਆਦਿਕ ਨਾ ਇਹ ਡਰਨ ਲੱਗ ਪੈਂਦੇ ਪਹਿਲਾਂ ਡਰਾਉਂਦੇ ਆ ਸਾਨੂੰ ਦਬਾਇਆ ਹੋਇਆ ਹੈ ਜਿਸ ਲਈ ਗੁਰੂ ਬਖਸ਼ਿਸ਼ ਕਰਨ ਦੇ ਨਾਮ ਸਿਮਰਨ ਦੀ ਬਰਕਤ ਮਿਲਦੀ ਹੈ ਫਿਰ ਇਹ ਡਰਨ ਲੱਗ ਪੈਂਦੇ ਨੇ ਹੱਥ ਜੋੜ ਜੋੜ ਕੇ ਬੇਨਤੀਆਂ ਕਰਦੇ ਨੇ ਭਾਈ ਦੇਖੀ ਸਾਨੂੰ ਬਿਲਕੁਲ ਕਿਤੇ ਭਸਮ ਨਾ ਕਰ ਦੇਵੀਂ ਸਾਨੂੰ ਤੂੰ ਛੱਡ ਦੇ ਅਸੀਂ ਹੋਰ ਕਿਸੇ ਅਗਿਆਨੀ ਦੇ ਹਿਰਦੇ ਵਿੱਚ ਜਾ ਥਾਂ ਮੱਲਾਂਗੇ ਤੇ ਤੂੰ ਜੇ ਕੋਈ ਸੇਵਾ ਹੈ ਤੇ ਦੱਸ ਨਹੀਂ ਤੇ ਸਾਡਾ ਤੋ ਸਾਨੂੰ ਇਸ ਪ੍ਰਕਾਰ ਸੋ ਬਿਲਕੁਲ ਖਤਰਾ ਨਾ ਕਰ ਇਹ ਡਰਨ ਲੱਗ ਪੈਂਦੇ ਹਨ ਐਸੀ ਸਿਮਰਨ ਦੀ ਬਰਕਤ ਹੈ ਪਰ ਜਦੋਂ ਗੁਰੂ ਦਾਤ ਬਖਸ਼ਦੇ ਹਨ ਨਿਜ ਸ੍ਰੂਪ ਜੋ ਭੈਓ ਭੁਲਾਵਾ ਜਿਨ ਆਪਣੇ ਆਪ ਸਰੂਪ ਤੁ ਸਾਨੂੰ ਭੁਲੇਖਾ ਪਿਆ ਹੋਇਆ ਅਸੀਂ ਸਰੀਰ ਨੂੰ ਹੀ ਸਭ ਕੁਝ ਸਮਝੀ ਬੈਠੇ ਹਾਂ ਪਰ ਜੋ ਇਹਦੇ ਵਿੱਚ ਚੇਤਨ ਸੱਤਾ ਹੈ ਜੋ ਦੇਖਣ ਸੁਣਨ ਚੱਲਣ ਫਿਰਨ ਦੀ ਸ਼ਕਤੀਆਂ ਸਾਡੇ ਅੰਦਰ ਉਹ ਇਸ ਪ੍ਰਕਾਰ ਤਾਂ ਉਸ ਨੂੰ ਅਸੀਂ ਜਾਣਦੇ ਨਹੀਂ ਤਾਂ ਕਹਿੰਦੇ ਉਹਦੇ ਤੋਂ ਸਾਨੂੰ ਭੁਲੇਖਾ ਪਿਆ ਹੋਇਆ ਹੈ ਇਹ ਜਾਨਣ ਕੋ ਚਿਤ ਲਲਚਾਵਾ ਸਿਮਰਨ ਵਿੱਚ ਜੁੜ ਕਰਕੇ ਫਿਰ ਉਸ ਨੂੰ ਜਾਣਣ ਦੀ ਇਹ ਹਰਕਤ ਕੀ ਹੈ ਸਾਡੇ ਸਰੀਰ ਵਿੱਚ ਉਹ ਕਿਹਣੀ ਸ਼ਕਤੀ ਹੈ ਜੋ ਸਾਨੂੰ ਤੋਰੀ ਫਿਰਦੀ ਹੈ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿ ਜਿਸ ਵੇਲੇ ਸਰੀਰ ਹੈ ਮਾਲਕ ਕਿਰਪਾ ਕਰਦਾ ਜਦੋਂ ਕਿਸੇ ਜੀਵ ਨੂੰ ਦੁਨੀਆ 'ਚ ਭੇਜਣਾ ਹੈ ਮਾਤਾ ਦੇ ਗਰਭ ਵਿੱਚ ਪਹਿਲਾਂ ਉਸ ਦਾ ਕਲਬੂਤ ਬਣਦਾ ਹੈ ਫਿਰ ਵਾਹਿਗੁਰੂ ਉਹਦੇ ਵਿੱਚ ਚੇਤਨਤਾ ਜਿਸ ਵੇਲੇ ਪਾਉਂਦਾ ਹੈ ਤੇ ਫਿਰ ਸਰੀਰ ਹਰਕਤ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਕਈ ਵਾਰ ਐਸਾ ਤੱਕਣ ਵਿੱਚ ਆਇਆ ਕਈ ਵਾਰ ਪੁਰਾਣੀ ਚੜਾਈ ਕਰ ਜਾਂਦਾ ਹੈ ਤੇ ਜਿਸ ਵੇਲੇ ਦੁਬਾਰਾ ਉਹ ਉੱਠਦਾ ਹੈ ਤੇ ਸਭ ਤੋਂ ਪਹਿਲਾਂ ਉਸ ਦੇ ਸਰੀਰ ਵਿੱਚ ਕੀ ਹੈ ਟ੍ਰੈਂਬਲਿੰਗ ਵਾਈਬ੍ਰੇਸ਼ਨ ਜਿਹੜੀ ਪਰਮੇਸ਼ਵਰ ਦੀ ਕਲਾ ਹੈ ਉਹ ਸ਼ੁਰੂਆਤ ਕੀ ਹੈ ਉਹ ਪਹਿਲੇ ਸਰੀਰ ਵਿੱਚ ਹਰਕਤ ਆਏਗੀ ਆਮ ਕਹਿੰਦੇ ਫਲਾਣਾ ਬੰਦਾ ਫੱਟੇ ਤੇ ਪਾਇਆ ਸੀ ਨੁਹਾਇਆ ਤੂੰ ਆਇਆ ਮੁੜ ਕੇ ਉਸ ਨੇ ਕਹਿੰਦੇ ਪੈਰ ਹਲਾਇਆ ਹੌਲੀ-ਹੌਲੀ ਉੱਠ ਕੇ ਬਹਿ ਗਿਆ ਭਾਵ ਉਹ ਜਿਹੜੀ ਚੇਤਨ ਸ਼ਕਤੀ ਹੈ ਉਹ ਸ਼ਕਤੀ ਹੈ ਮੇਰੇ ਸਰੀਰ ਇੱਕ ਲੋਥ ਹੈ ਮਿੱਟੀ ਹੈ ਜਿਸਲੇ ਉਹ ਚੇਤਨਤਾ ਵਿੱਚ ਆਉਂਦੀ ਹੈ ਉਦੋਂ ਹਰਕਤ ਬਣਦੀ ਹੈ ਉਦੋਂ ਜਿਹੜੀ ਹੈ ਚੇਤਨ ਸੱਤਾ ਵਿੱਚ ਆ ਕਰਕੇ ਸਰੀਰ ਨੂੰ ਚਲਾਉਂਦੀ ਹੈ ਤਾਂ ਕਹਿੰਦੇ ਫਿਰ ਉਸ ਨੂੰ ਜਾਣਨ ਦਾ ਕਿ ਉਹ ਕੀ ਸ਼ਕਤੀ ਮੇਰੇ ਵਿੱਚ ਹੈ ਉਸ ਨੂੰ ਉਸ ਦਾ ਗਿਆਨ ਪ੍ਰਾਪਤ ਕਰਨ ਦੀ ਇੱਛਾ ਜਾਗ ਪੈਂਦੀ ਹੈ ਜਦੋਂ ਗੁਰੂ ਨਾਮ ਬਖਸ਼ਦੇ ਹਨ ਦੋਹਰਾ ਸਤ ਸੰਗਤ ਕੇ ਸੰਗਤੀ ਸਤ ਸੰਗਤ ਦੀ ਸੰਗਤ ਕਰਨ ਦੇ ਨਾਲ ਦੇੜ ਹੋਇਓ ਅਭਿਆਸ ਅਭਿਆਸ ਪੱਕਾ ਹੁੰਦਾ ਹੈ ਇਥੋਂ ਗੁਰੂ ਪਾਤਸ਼ਾਹੀ ਜੀ ਦਾ ਸਾਨੂੰ ਇਹ ਉਪਦੇਸ਼ ਮਿਲ ਗਿਆ ਕਿ ਨਿਤ ਪ੍ਰਤੀ ਗੁਰੂ ਦੀ ਸੰਗਤ ਕਰਨੀ ਹੈ ਤੇ ਗੁਰੂ ਦੀ ਸੰਗਤ ਕਰਦੇ ਸਮੇਂ ਸਾਡਾ ਅਭਿਆਸ ਸਿਮਰਨ ਅਭਿਆਸ ਜਿਹੜਾ ਇਹ ਮਜ਼ਬੂਤ ਹੋਣਾ ਚਾਹੀਦਾ ਸਤਸੰਗੀ ਪ੍ਰਾਣੀ ਜੋ ਹੋਵੇਗਾ ਕਦੇ ਨਿਤਨੇਮ ਨਹੀਂ ਛੱਡੇਗਾ ਉਹਦਾ ਹਰ ਵੇਲੇ ਯਤਨ ਹੋਵੇਗਾ ਕਿ ਮੈਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਾਂ ਲਗਾਏ ਉਹ ਭਲਾਵਾ ਧਰਮ ਕਾ ਉਸ ਦੇ ਨਾਲ ਕੀ ਹੋਏਗਾ ਜਿਹੜਾ ਭਲੇਖਾ ਹੈ ਧਰਮ ਹੈ ਜੋ ਸਾਡਾ ਸੱਚ ਹੈ ਸਾਡੇ ਅੰਦਰ ਚੇਤਨ ਸੱਚ ਸਰੂਪ ਕਹਿੰਦੇ ਉਹਨੂੰ ਅਸੀਂ ਸਮਝਿਆ ਨਹੀਂ ਸਰੀਰ ਨੂੰ ਪਦਾਰਥ ਨੂੰ ਸੱਚ ਇਹ ਭਲੇਖਾ ਦੂਰ ਹੋ ਜਾਂਦਾ ਹੈ ਸਹਿਜ ਸੁਖੇ ਪ੍ਰਕਾਸ਼ ਤੇ ਸਹਿਜ ਸੁਖ ਪ੍ਰਕਾਸ਼ ਉਹ ਆਉਂਦਾ ਹੈ ਸਹਿਜ ਸੁਖ ਜਿਹੜਾ ਹੈ ਉਸ ਦਾ ਪ੍ਰਕਾਸ਼ ਹੋ ਜਾਂਦਾ ਹੈ ਕੋਈ ਦੇਹ ਦੁਖੀ ਤੇ ਦੁਖ ਨਹਿ ਮੰਨਹੀਂ ਜਦੋਂ ਜੇ ਸਰੀਰ ਨੂੰ ਦੁੱਖ ਆਉਂਦਾ ਫਿਰ ਉਹ ਦੁੱਖ ਨਹੀਂ ਮੰਨਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਉਹ ਫਿਰ ਸਰੀਰ ਦੇ ਦੁੱਖ ਨੂੰ ਦੁੱਖ ਨਹੀਂ ਮੰਨੇਗਾ ਕੰਕ ਬਿਲਾਸਨ ਸੁਖ ਨਹਿ ਜਾਣਹੀਂ ਇਸ ਪ੍ਰਕਾਰ ਤੇ ਜਿਹੜੇ ਅਨੇਕ ਪ੍ਰਕਾਰ ਦੇ ਬਿਲਾਸ ਨੇ ਦੁਨੀਆ ਦੇ ਕੌਤਕ ਨੇ ਉਹਨਾਂ ਚ ਸੁਖ ਨਹੀਂ ਸਮਝੇਗਾ ਉਹ ਫਿਰਤਾ ਪਾਇ ਨ ਡੋਲੇ ਸੂ ਉਹਦਾ ਮਨ ਟਿਕ ਜਾਏਗਾ ਫਿਰ ਡੋਲੇਗਾ ਨਹੀਂ ਇਸ ਪ੍ਰਕਾਰ ਢਾਵਾਂ ਡੋਲ ਨਹੀਂ ਹੋਵੇਗਾ ਇਸ ਪ੍ਰਕਾਰ ਇੱਕ ਰਸ ਆਪਣੇ ਨਿਜਮ ਵਿੱਚ ਆਪਣੀ ਬਿਰਤੀ ਨੂੰ ਛੁਟਕਾ ਕਰਕੇ ਫਿਰ ਇੱਕ ਰਸ ਬਿਰਤੀ ਟਕਾ ਲਵੇਗਾ ਜਨਮ ਮਰਨ ਤੈਂ ਤੇ ਛੁੱਟ ਗਏ ਜਦੋਂ ਐਸੀ ਅਵਸਥਾ ਬਣ ਗਈ ਜਿਉਂਦੇ ਜੀ ਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਉਸ ਦਾ ਜਨਮ ਮਰਨ ਦੂਰ ਹੋ ਗਿਆ ਉਹ ਮੁੜ ਕੇ ਨਾ ਮਰੇਗਾ ਨਾ ਉਹਦਾ ਜਨਮ ਹੋਵੇਗਾ ਇੱਕ ਵਾਰਾ ਇਸ ਸਰੀਰ ਇਹ ਕਹਿ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕਹਿ ਦਰਸ ਸਮਾਇਆ ਉਹਨਾਂ ਤੇ ਇਹ ਦਾਤ ਮਹਾਰਾਜ ਬਖਸ਼ਿਸ਼ ਕਰ ਦੇਣਗੇ ਸੋ ਬਹੁਰ ਨਾ ਹੋਏ ਗੋ ਫੇਰਾ ਮੁੜ ਕੇ ਦੁਨੀਆ ਵਿੱਚ ਜਨਮ ਲੈ ਕੇ ਕਰਮਾਂ ਦੇ ਫਲ ਭੋਗਣ ਨੂੰ ਨਹੀਂ ਆਉਣਗੇ ਪਰ ਜੇ ਪਰਮੇਸ਼ਰ ਨੂੰ ਭਾਉਂਦਾ ਕੋਈ ਸੇਵਾ ਲੈਣੀ ਹੈ ਉਦੋਂ ਤੁਹ ਮਹਾਰਾਜ ਫਿਰ ਉਸ ਨੂੰ ਦੁਨੀਆ 'ਚ ਭੇਜਣਗੇ ਦੁਨੀਆ ਦਾ ਕੋ ਭਲਾ ਕਰਨ ਵਾਸਤੇ ਹਰ ਪਦ ਪਾਏ ਮੁਕਤ ਸੋ ਭਈ ਤੋ ਹਰੀ ਪਦ ਹਰੀ ਦੀ ਪ੍ਰਾਪਤੀ ਦੀ ਪਦਵੀ ਪਾ ਕਰਕੇ ਫਿਰ ਮੁਕਤ ਹੋ ਜਾਂਦੇ ਹਨ। ਵਸ ਬਿਧ ਪਾਦਾ ਹਿਰਦਾ ਤਰੀਜੈ ਗੁਰੂ ਨਾਨਕ ਦੇਵ ਜੀ ਇਹ ਨੇ ਸ਼ਬਦ ਦੇ ਅਰਥ ਜਿਹੜਾ ਸ਼ਬਦ ਤੁਹਾਨੂੰ ਬਾਣੀ ਦਾ ਸੁਣਾਇਆ ਇਸ ਨੂੰ ਤੁਸੀਂ ਹੁਣ ਮਨ 'ਚ ਧਾਰਨ ਕਰ ਲਓ ਤਨ ਵਿਮਾਨ ਨਾ ਮੂਲ ਕਰੀਜੈ ਇਸ ਸਰੀਰ ਦਾ ਹੁਣ ਮਾਣ ਨਹੀਂ ਕਰਨਾ ਕਿਸੇ ਚੀਜ਼ ਸਰੀਰ ਦਾ ਮਾਣ ਜਿਹੜਾ ਹੈ ਉਹਨੂੰ ਦੂਰ ਕਰੋ ਹਰ ਸਿਮਰਨ ਕਰ ਆਪਾ ਹਰੀਏ ਹਰੀ ਦਾ ਸਿਮਰਨ ਕਰਕੇ ਆਪਾਂ ਕੀ ਆ ਹੰਕਾਰ ਆਪਣੀ ਦੇਹ ਦਾ ਸਰੀਰ ਦਾ ਗੁਣਾ ਦਾ ਮਾਣ ਕਰਨਾ ਇਹ ਦੂਰ ਕਰੋ ਹਰ ਦਿਨ ਅਨਤ ਦ੍ਰਿਸ਼ਣ ਧਰਿਏ ਪਰਮੇਸ਼ਵਰ ਤੋਂ ਬਿਨਾ ਕਿਸੇ ਹੋਰ ਚੀਜ਼ ਤੇ ਤੂੰ ਦ੍ਰਿਸ਼ਟੀ ਨਹੀਂ ਧਾਰਨੀ ਹੈ ਮਰਤਨਾ ਸਭ ਵਿੱਚ ਹੈ ਹਰ ਵੇਲੇ ਧਿਆਨ ਪਰਮੇਸ਼ਰ ਵਿੱਚ ਰੱਖਣਾ ਹੈ ਦੁਰਲਭ ਨਰਤਨ ਕਰਹੁ ਸਕਾਰਥ ਆਈਏ ਨਰਤਨ ਜਿਹੜਾ ਸਰੀਰ ਮਿਲਿਆ ਨਾ ਮਨੁੱਖ ਦਾ ਇਹ ਬਹੁਤ ਦੁਰਲਭ ਹੈ ਬੜੀ ਮੁਸ਼ਕਲ ਨਾਲ ਮਿਲਣ ਵਾਲਾ ਹੈ ਇਸ ਨੂੰ ਸਕਾਰਥ ਸਫਲਾ ਕਰੋ ਕੋਣ ਨਾ ਜਨਮ ਪਾਵੇ ਪਰਮਾਰਥ ਫਿਰ ਗਿਆਨ ਦੀ ਪ੍ਰਾਪਤੀ ਹੋ ਜਾਊਗੀ ਜਨਮ ਮੁੜ ਕੇ ਨਹੀਂ ਹੋਵੇਗਾ ਦੋਹਰਾ ਸੁਣ ਪਾਦਾ ਪਾਇਨ ਪਰਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕਰਕੇ ਗੁਰੂ ਨਾਨਕ ਸਾਹਿਬ ਦੀ ਉਮਰ 5 ਸਾਲ ਦੀ ਹੈ ਤੇ ਪਾਹ ਦਾ ਵਿਚਾਰਾ ਬਜ਼ੁਰਗ ਹੈ ਪਰ ਗੁਰੂ ਨਾਨਕ ਦਾ ਉਪਦੇਸ਼ ਸੁਣ ਕੇ ਗੁਰੂ ਨਾਨਕ ਦੇ ਚਰਨਾਂ ਤੇ ਟੈ ਪਿਆ ਕਿ ਉਹ ਕਹਿ ਦਿੱਤਾ ਸੀ ਕਿ ਮਹਾਰਾਜ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਸਿੱਖ ਬਣ ਗਿਆ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਪਾਤਸ਼ਾਹ ਦਾ ਉਪਦੇਸ਼ ਮਿਲਿਆ ਹੈ ਪਾ ਦਾ ਗੁਰੂ ਦੇ ਚਰਨਾਂ ਤੇ ਠੱਠਾ ਹੈ ਸੰਸਬੰਧ ਮਤਮੰਦ ਇਹ ਗਰੀਬ ਨਿਵਾਜ ਮੈਂ ਤੇ ਮੰਦੀ ਮਤ ਵਾਲਾ ਜੀਵ ਹਾਂ ਜੀ ਲਖੀਨਾ ਤੁਬ ਗਤ ਜਾਵਹੀ ਗਰੀਬ ਨਿਵਾਜ ਤੁਹਾਡੀ ਤਾਂ ਗਤੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਤੁਹਾਡੀ ਗਤ ਮਿਤ ਨੂੰ ਤੁਸੀਂ ਹੀ ਜਾਣਦੇ ਹੋ ਮਹਾਰਾਜ ਨਹੀਂ ਕੋਈ ਜਾਣ ਸਕਦਾ ਆਇਆ ਅਵਤਾਰ ਮੁਕੰਦ ਤੁਹਾਡਾ ਤੇ ਮੁਕਤੀ ਦੇਣ ਵਾਸਤੇ ਅਵਤਾਰ ਹੋਇਆ ਮਹਾਰਾਜ ਧਰਤੀ ਤੇ ਚਾਓ ਭਾਈ ਬਦਨ ਗਿਰਾ ਤਵ ਜਿਉ ਕਰਵਾਰਾ ਤੇ ਸਤਗੁਰੂ ਪਾਤਸ਼ਾਹ ਮਹਾਰ ਕਵੀ ਜੀ ਹੁਣ ਅਲੰਕਾਰ ਬਣਾਉਂਦੇ ਨੇ ਇਹ ਹੈ ਕਥਾ ਦਾ ਅਲੰਕਾਰ ਹੇ ਮਹਾਰਾਜ ਸੁਇਸ ਪ੍ਰਕਾਰ ਤੁਹਾਡੇ ਬਚਨ ਜਿਹੜੇ ਹਨ ਉਹ ਤੇ ਇਉਂ ਨੇ ਤਲਵਾਰ ਵਰਗੇ ਗਿਆਨ ਸਾਨ ਪਰ ਤੇਖ ਹਰ ਧਾਰਾ ਤੇ ਗਿਆਨ ਰੂਪ ਸਾਨ ਦੇ ਉਤੇ ਉਹ ਤਿੱਖੀ ਧਾਰ ਕੀਤੀ ਹੋਈ ਤਲਵਾਰ ਦੀ ਭਗਤ ਮੁਸ਼ਟਕੇ ਸੰਗ ਜਟੀ ਸੋ ਭਗਤੀ ਰੂਪ ਮੁਠੇ ਵਿੱਚ ਉਹ ਕਿਰਪਾਨ ਜਣੀ ਜਣੀ ਹੋਈ ਹੈ ਡੈਡ ਬੈਰਾਗ ਆਕਾਰ ਘਟੀ ਸੋ ਤੇ ਆਕਾਰ ਉਸ ਦਾ ਇਹ ਹੈ ਜਿਹੜਾ ਬੈਰਾਗ ਪਰਪੱਕ ਹੋ ਜਾਂਦਾ ਹੈ ਜੀ ਤੁਹਾਡੇ ਬਚਨਾਂ ਨਾਲ ਜੋ ਸੂਰਾ ਇਸ ਸੰਮੁਖ ਧਾਵਹੀ ਜਿਹੜਾ ਵੀ ਸੂਰਮਾ ਇਸ ਤੁਹਾਡੇ ਬਚਨਾਂ ਦੀ ਤਲਵਾਰ ਦੇ ਮੂਹਰੇ ਆ ਜਾਂਦਾ ਹੈ ਅੰਧ ਅਗਿਆਨਤਾਹੇ ਕਟ ਜਾਵਹਿ ਉਸ ਦਾ ਅਗਿਆਨਤਾਈ ਦਾ ਅੰਧ ਜੰਦਾ ਪੂਣਾ ਜਿਹੜਾ ਉਹ ਕਟਿਆ ਜਾਂਦਾ ਹੈ ਜੀ ਨਿਹਜ ਰੂਪਤੀ ਲਖਤਾ ਹੋਈ ਉਸ ਨੂੰ ਆਪਣੇ ਸਰੂਪ ਦੀ ਲਖਤਾ ਹੋ ਜਾਂਦੀ ਹੈ ਆਪਣਾ ਆਤਮਾ ਜਿਹੜਾ ਉਸ ਨੂੰ ਪ੍ਰਕਾਸ਼ ਆਉਂਦਾ ਹੈ ਤਿਹ ਭਟ ਮਿਲਿਓ ਸੁਰਗ ਸੁਖ ਸੋਈ ਜਿਹੜਾ ਉਹ ਸੁਰਮਾ ਗੁਰੂ ਨਾਨਕ ਦੇ ਗਿਆਨ ਗੁਰੂ ਦੀ ਬਾਣੀ ਦੇ ਮੂਹਰੇ ਆਣ ਕੇ ਟਿਕ ਜਾਵੇ ਉਸ ਤੇ ਇਹ ਅਸਰ ਹੁੰਦਾ ਹੈ ਉਹ ਸੂਰਮਾ ਜਿਹੜਾ ਫਿਰ ਪ੍ਰਲੋਕ ਵਿੱਚ ਵਾਹਿਗੁਰੂ ਦੇ ਘਰ ਜਾਂਦਾ ਹੈ ਪਰ ਵਿਸ਼ਿਆਂ ਵਿੱਚ ਫਸੇ ਕਾਤਰ ਡਰ ਪਾਹੀ ਪਰ ਵਿਸ਼ਿਆਂ ਵਿੱਚ ਫਸੇ ਹੋਏ ਕਾਤਰ ਲੋਕ ਡਰਦੇ ਨਹੀਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਸਾਹਮਣੇ ਨੇ ਹੁੰਦੇ ਭਾਵੇਂ ਬਾਣੀ ਨੂੰ ਕਮਾਉਂਦੇ ਨਹੀਂ ਹਨ ਬੇਮਖ ਭਏ ਨ ਧੀਰਤ ਰਾਹੀ ਉਹ ਤਾਂ ਐਸੇ ਕਾਇਰ ਨੇ ਬੇਮਖ ਹੋ ਜਾਂਦੇ ਐ ਗੁਰੂ ਸਾਹਿਬ ਦੇ ਬਚਨ ਨਹੀਂ ਮੰਨਦੇ ਮੇਰੇ ਸਤਗੁਰਾਂ ਦੀ ਨਾਮ ਬਾਣੀ ਪੜਨੀ ਨਾ ਨਿਤ ਨਿਮ ਕਰਦਾ ਨਾ ਗੁਰੂ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨਣਾ ਕਹਿੰਦੇ ਉਹ ਕਾਇਰ ਲੋਕ ਡਰਪੋਕ ਹਨ ਗਾਇਓ ਲੋਗ ਪਰਲੋਕ ਬਿਗਾਰਾ ਉਹਨਾਂ ਨੇ ਆਹ ਲੋਕ ਵੀ ਕਹਿੰਦੇ ਬਗਾਲ ਲਿਆ ਪਰਲੋਕ ਵੀ ਗਿਆ ਦੋਨਾਂ ਲੋਕਾਂ ਦੇ ਵਿੱਚੋਂ ਦੁਖੀ ਹੋਣਗੇ ਰਣ ਤਨ ਮਾਨਖ ਪਿਗ ਪਾਗ ਧਾਰਾ ਉਹਨਾਂ ਨੇ ਕਹਿੰਦੇ ਨੇ ਆਹ ਮਨੁੱਖਾ ਜਨਮ ਕਹਿੰਦੇ ਇੱਕ ਮੈਦਾਨੇ ਜੰਗ ਹੈ ਇਹਦੇ ਵਿੱਚ ਜਿਹੜਾ ਪੈਰ ਧਾਰਿਆ ਉਹਨਾਂ ਨੇ ਉਹਦੇ ਵਿੱਚੋਂ ਕਾਇਰ ਹੋਏ ਹਨ ਦੋਹਰਾ ਅਕਸਮਾਤ ਕਰਨਾ ਕਰੀ ਜਦੋਂ ਪਾਉਂਦੇ ਨੇ ਸਾਹਿਬ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣ ਕੇ ਉਸ ਨੂੰ ਮੰਨ ਲਿਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪਾੰਦਾ ਝੁੱਕ ਗਿਆ ਤੇ ਸਾਹਿਬ ਗੁਰੂ ਨਾਨਕ ਦੇ ਕੋਲ ਵੱਡਾ ਹਥਿਆਰ ਮੇਰੇ ਗੁਰੂ ਨਾਨਕ ਨੇ ਉਹ ਵਰਤਿਆ ਉਹ ਫਿਰ ਕੀ ਸੀ ਅਕਸਮਾਤ ਮੇਰੇ ਕਿਰਪਾ ਕਟਾਕ ਅਵਲੋਕਨ ਕੀਨਾ ਅਕਸਮਾਤ ਉਹ ਮਹਾਰਾਜ ਨੇ ਫਿਰ ਜਣੀ ਕਿਰਪਾ ਭਰੀ ਦ੍ਰਿਸ਼ਟੀ ਸੀ ਨਾਨਕ ਨਦਰੀ ਨਦਰ ਨਿਹਾਲ ਫਿਰ ਉਹ ਨਦਰ ਕੀਤੀ ਹੈ ਇਸ ਦੇ ਉੱਪਰ ਪਾ ਦੇ ਦੇ ਤੇ ਦੇਖ ਦੀਨ ਗਤ ਦਾਨ ਤੇ ਮਹਾਰਾਜ ਸਤਿਗੁਰੂ ਜੀ ਨੇ ਇਸ ਨੂੰ ਮੁਕਤੀ ਦਾ ਦਾਨ ਪ੍ਰਦਾਨ ਕਰ ਦਿੱਤਾ ਹੈ ਲਿਵ ਲੱਗੀ ਮਨ ਭਜਨ ਕੀ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਪਾਈ ਤੇ ਇਸ ਦੀ ਲਿਵ ਜੜੀ ਸੀ ਸਿਮਰਨ ਵਿੱਚ ਲੱਗ ਗਈ ਲਗਾਤਾਰ ਇਸ ਦੇ ਅੰਦਰ ਪ੍ਰਭ ਕੈ ਸਿਮਰਨ ਅਨੰਦ ਝੁੰਕਾਰ ਉਹ ਨਾਮ ਦੀ ਝੰਕਾਰ ਜਿਹੜੀ ਸੀ ਲਗਾਤਾਰ ਜਾਰੀ ਹੋ ਗਈ ਜਿਸ ਨੂੰ ਅਨਹਦ ਧੁਨ ਕਿਹਾ ਹੈ ਉਹ ਚੱਲ ਪਈ ਇਹ ਮੇਰੇ ਗੁਰੂ ਨਾਨਕ ਦੀ ਬਖਸ਼ਿਸ਼ ਹੈ ਜਦੋਂ ਗੁਰੂ ਕਿਰਪਾ ਕਰਦੇ ਹਨ ਜਾਂ ਕੋਈ ਪੂਰਨ ਮਹਾਪੁਰਸ਼ ਜਿਹਦੇ ਕੋਲੇ ਦਾਤ ਹੈ ਜਦੋਂ ਮਿਹਰ ਦੀ ਨਿਗਾਹ ਕਰ ਦੂ ਉਸੇ ਮੇਲੇ ਚਲਾ ਦੂ ਉਸੇ ਮਰ ਮੇਰੇ ਗੁਰੂ ਨਾਨਕ ਦੇ ਉਹਦੇ ਅੰਦਰ ਇਹ ਦਾਤ ਬਖਸ਼ਿਸ਼ ਕਰ ਦਿੱਤੀ ਪਾ ਦੇ ਦੇ ਸੁਣੇ ਬੈਨ ਜਬ ਕਾਨ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਲੈ ਕੰਨਾਂ ਵਿੱਚ ਚਾਹੋ ਭਈ ਤਵ ਕਪੋਲ ਕਲ ਬੋਲ ਅਮੁੱਲ ਹੈ ਤੇ ਕਹਿੰਦਾ ਸਿਫਤ ਗੁਰੂ ਨਾਨਕ ਦੀ ਮਹਾਰਾ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਡੇ ਮੁਖ ਦੇ ਵਿੱਚੋਂ ਬੜੇ ਸੋਹਣੇ ਸੋਹਣੇ ਅਮੋਲਕ ਬਚਨ ਸੁਣੇ ਹਨ ਹਾਂ ਜੀ ਕਿਉਂ ਤਾਲੀ ਗੁਣ ਕੋ ਕੁਲ ਫੈ ਖੋਲ ਹੈ ਜਿਸ ਤਰ੍ਹਾਂ ਕੋਈ ਤਾਲੇ ਨੂੰ ਚਾਬੀ ਲਾ ਕੇ ਖੋਲ ਦੇਵੇ ਨਾ ਮਹਾਰਾਜ ਤੁਹਾਡੇ ਮੁਖ ਦੇ ਬਚਨ ਬਾਣੀ ਰੂਪ ਕੁੰਜੀ ਗੁਣਾ ਦਾ ਖਜ਼ਾਨਾ ਖੋਲ ਦਿੱਤਾ ਮਹਾਰਾਜ ਤੁਸਾ ਵਾਕ ਅਨੋਚਿਤ ਮੈਂ ਜੋ ਬਖਾਨੀ ਤੇ ਹੁਣ ਪਾੰਦਾ ਗੁਰੂ ਨਾਨਕ ਨੂੰ ਹੁਣ ਪੂਰਨ ਗੁਰੂ ਸਮਝ ਗਿਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਵਿਦਿਆਰਥੀ ਜਾਣ ਕੇ ਬਹੁਤ ਅਯੋਗ ਸ਼ਬਦ ਕਹਿ ਚੁੱਕਾ ਬੜੇ ਮਾੜੇ ਬਚਨ ਮੈਂ ਤੁਹਾਨੂੰ ਕਹੇ ਹਨ ਜੀ ਸਿਮਰ ਕਰੋ ਅਬ ਸ੍ਰੀ ਪ੍ਰਭ ਜਾਨੇ ਮੈਂ ਤੁਹਾਨੂੰ ਸ੍ਰੀ ਸ਼੍ਰੋਮਣੀ ਪ੍ਰਭੂ ਕਰਕੇ ਹੁਣ ਜਾਣਦੇ ਆ ਹੁਣ ਮੈਨੂੰ ਮਾਫੀ ਦੇ ਦਿਓ ਮਹਾਰਾਜ ਮੈਂ ਤੇ ਤੁਹਾਨੂੰ ਕਿਹਾ ਸੀ ਤੁਸੀਂ ਪੜੋ ਜੇ ਨਾ ਪੜੋਗੇ ਤੇ ਮੈਂ ਛੋਟੀਆਂ ਮਾਰੂੰ ਮਹਾਰਾਜ ਤੇ ਹੁਣ ਪਤਾ ਲੱਗਾ ਹੈ ਤੁਸੀਂ ਤੇ ਰਾਬੂ ਰੂਪ ਮੇਰੇ ਕੋਲ ਆਏ ਸੀ ਤੇ ਮੈਂ ਤੁਹਾਨੂੰ ਛੋਟੀਆਂ ਦੀ ਤਾੜਨਾ ਕੀਤੀ ਮਹਾਰਾ ਮੈਨੂੰ ਮਾਫ ਕਰ ਦੋ ਅਜੋਗ ਬਚਨ ਮੈਂ ਕਹਿ ਕੇ ਭੁੱਲ ਕੇ ਕਹਿ ਦਿੱਤੇ ਹਨ ਅਸ ਕਹਿ ਵਾਰ-ਵਾਰ ਪਦ ਬੰਧਨ ਇਉਂ ਕਹਿ ਕੇ ਤੇ ਮੁੜ ਮੁੜ ਕੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਚਾਨ ਮੱਥਾ ਟੇਕੀ ਗਿਆ ਅਲਾਹੀ ਦਾਤ ਇਸ ਨੂੰ ਮਿਲੀ ਹੈ ਜੋ ਜਿਦਾਂ ਦਰਸ਼ਨ ਤਾਪ ਨਿਕੰਦਨ اے ਗਰੀਬ ਬਨਵਾਜ ਤੁਹਾਡੇ ਦਰਸ਼ਨਾਂ ਨਾਲ ਸਾਰੇ ਤੀਨੇ ਤਾਪ ਨਿਵਰਤ ਹੋ ਜਾਂਦੇ ਹਨ ਜੀ ਨਾਮ ਧਰਾਇਓ ਕਾਲੂ ਨੰਦਨ ਤੁਸੀਂ ਤਾਂ ਮਹਾਰਾਜ ਨਾਮ ਹੀ ਰਖਾਇਆ ਮਹਿਤਾ ਕਾਲੂ ਜੀ ਦਾ ਸੁਪੁੱਤਰ ਤੁਸੀਂ ਤਾਂ ਪਰਮੇਸ਼ਰ ਰੂਪ ਹੋ ਜੀ ਨਰ ਤਾਰਨ ਕਲ ਕੇ ਮਤ ਮੰਦਨ ਇਹ ਕਲਯੁਗ ਦੇ ਮੰਦੀ ਮਤ ਵਾਲੇ ਲੋਕਾਂ ਦਾ ਉਧਾਰ ਕਰਨ ਵਾਸਤੇ ਗੁਰੂ ਸਾਹਿਬ ਜੀ ਤੁਸੀਂ ਬਹਰੋ ਭਇਓ ਤੂਸ਼ਨੀ ਪਾਦਾ ਕਹਿ ਕਰਕੇ ਪਾੰਦਾ ਹੁਣ ਚੁੱਪ ਹੋ ਗਿਆ ਆਨੰਦ ਵਿੱਚ ਮਗਨ ਹੈ ਪਰ ਲਖ ਕਰ ਸੁਖ ਅਕਥ ਅਗਾਧਾ ਤੇ ਆਪਣੇ ਹਿਰਦੇ ਵਿੱਚ ਜੋ ਅਗਾਧ ਤੇ ਅਲਖ ਸੁਖ ਹੈ ਉਸ ਨੂੰ ਜਾਣ ਲਿਆ ਤੇ ਪ੍ਰਾਪਤ ਹੋ ਗਿਆ ਸੋ ਐਸੇ ਆਨੰਦ ਨੂੰ ਪ੍ਰਾਪਤ ਹੋ ਕਰਕੇ ਸੋ ਪਾੰਦਾ ਜੀ ਆਨੰਦ ਵਿੱਚ ਮਗਨ ਨੇ ਤੇ ਸਤਿਗੁਰੂ ਪਾਸ਼ਾ ਜੀ ਦੀ ਬਖਸ਼ਿਸ਼ ਨਾਲ ਬਾਣੀ ਵਿੱਚ ਇਸ ਅਵਸਥਾ ਨੂੰ ਕਿਹਾ ਜੋ ਗੁੰਗੇ ਮਠਿਆਈ ਖਾਈ ਮਠਿਆਈ ਜਿਵੇਂ ਗੁੰਗੇ ਨੂੰ ਮਿਲ ਜਾਏ ਤੇ ਖਾ ਕੇ ਖੁਸ਼ ਹੁੰਦਾ ਪਰ ਦੱਸ ਨਹੀਂ ਸਕਦਾ ਇਹ ਹੈ ਹੀ ਇਕੱਥ ਕਥਾ ਹੈ ਇਹ ਸੁਖ ਹੀ ਐਸਾ ਹੈ ਜਿਸ ਨੂੰ ਬਿਆਨਣ ਵਾਸਤੇ ਅੱਖਰ ਨਹੀਂ ਹਨ ਤੋਂ ਇਸ ਵਾਸਤੇ ਤੋਂ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਹੈ ਮੇਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾ ਐਸੇ ਆਨੰਦ ਵਿੱਚ ਮਗਨ ਹੋ ਕਰਕੇ ਆਨੰਦ ਮਾਨਣ ਲੱਗਦਾ ਹੈ ਅਤੇ ਚੁੱਪ ਹੋ ਗਿਆ ਪਾਂਦਾ ਆਨੰਦ ਮੂਕੰ ਮਠਿਆਈ ਕਹਿੰਦੇ ਐਸਾ ਆਨੰਦ ਮਿਲਿਆ ਸੋ ਜਿਵੇਂ ਮੂਕ ਗੁੰਗਾ ਜਿਵੇਂ ਮਠਿਆਈ ਖਾ ਲਵੇ ਸਤ ਬੇਤਨ ਕੀ ਪਦਵੀ ਪਾਈ ਇਸ ਨੇ ਬ੍ਰਹਮ ਗਿਆਨੀਆਂ ਦੀ ਪਦਵੀ ਨੂੰ ਪ੍ਰਾਪਤ ਕੀਤਾ ਹੈ ਸਹਿਬ ਗੁਰੂ ਨਾਨਕ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਇੱਕ ਸ਼ਬਦ ਸੁਣ ਕੇ ਕਬਿਤ ਦਿਉਤਕਰ ਚੰਡਮਹ ਕਹਿੰਦੇ ਜਿਸ ਤਰੀਕੇ ਦੇ ਨਾਲ ਸੋ ਕਵੀ ਦੀ ਆਪਣਾ ਅਗਲਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾ ਚਰਨ ਕਰਦੇ ਹਨ ਕਹਿੰਦੇ ਨੇ ਦਿਉਤਕਰ ਚੰਡਮਹ ਜਿਸ ਤਰ੍ਹਾਂ ਸੂਰਜ ਹੈ ਤੇ ਸੂਰਜ ਦੀਆਂ ਕਿਰਨਾਂ ਵਿੱਚ ਸੋ ਜਿਸ ਤਿੱਕੇ ਨਾਲ ਤੇਜ ਹੈ ਗਰਮੈਸ਼ ਹੈ ਨੀਤ ਨਿਰਤ ਨਿਰਪ ਦੰਡਮਹ ਤੇ ਜਿਵੇਂ ਰਾਜਾ ਜਿਹੜਾ ਹੈ ਉਸ ਦੇ ਦੰਡ ਦੇ ਵਿੱਚ ਨੀਤੀ ਹੁੰਦੀ ਹੈ ਇਮੇ ਸੋ ਨੀਤੀ ਦੇ ਤਹਿਤ ਦਾਨ ਦਿੰਦਾ ਹੈ ਦਾਨ ਗਜ ਗੰਡਮਹ ਤੇ ਜਿਸ ਵੇਲੇ ਹਾਥੀ ਜਿਹੜਾ ਇਹ ਜਵਾਨੀ ਵਿੱਚ ਆਉਂਦਾ ਉਸ ਨੂੰ ਇਸ ਦੇ ਗੰਡ ਸਥਲ ਜੋ ਕੰਨਾਂ ਦਾ ਮੁੱਢ ਹੁੰਦਾ ਹੈ ਇਥੋਂ ਇੱਕ ਰਸ ਜਿਹੜਾ ਹੈ ਕਾਲੇ ਰੰਗ ਦਾ ਜਿਹੜਾ ਇਹ ਸਰਬਦਾ ਗੂਂਦ ਵਾਂਗ ਉਹਦੇ ਚ ਸੁਗੰਧੀ ਹੁੰਦੀ ਹੈ ਤੇ ਉਸ ਤੇ ਭੌਰੇ ਗੂੰਜਦੇ ਨੇ ਕਹਿੰਦੇ ਨੇ ਤੋਂ ਹਾਥੀ ਜਿਹੜਾ ਜਲ ਜਵਾਨੀ ਚ ਮਸਤ ਹੁੰਦਾ ਹੈ ਉਹਨੂੰ ਕਹਿੰਦੇ ਇਸ ਪ੍ਰਕਾਰ ਉਹਨੂੰ ਦਾਨ ਲਿਖਿਆ ਹੈ ਕਿ ਐਸਾ ਸੁਗੰਧੀ ਵਾਲਾ ਪਦਾਰਥ ਉਹਦੇ ਵਿੱਚ ਜਿਹੜਾ ਨਾ ਉਹ ਸੋਭਾ ਪਾਉਂਦਾ ਹੈ ਸੋਭਤ ਅਪਾਰ ਹੈ ਪਾਰਾਂ ਬਾਰ ਤੁਰ ਹੈ ਤੇ ਤਾਂ ਹੀ ਸੋਭਾ ਪਾਉਂਦੇ ਨੇ ਜੇ ਇਹ ਗੁਣ ਹੁਣ ਇਹਨਾਂ ਵਿੱਚ ਦੇਖੋ ਦੁੱਧ ਹੈ ਸਗਲ ਬਸੰਤਰ ਸਗਲ ਦੁੱਧ ਮੈਂ ਕੀ ਆ ਹਵੀ ਨਾਮਾ ਕਿਉਂ ਹੁੰਦਾ ਜਿਵੇਂ ਦੁੱਧ ਦੇ ਵਿੱਚ ਘਿਓ ਹੁੰਦਾ ਹੈ ਤੇ ਜਿਵੇਂ ਜਿੱਡਾ ਵੱਡਾ ਕੋਈ ਸੂਰਮਾ ਹੋਊਗਾ ਓਤਨਾ ਹੀ ਵੱਡਾ ਉਹਦਾ ਹੌਸਲਾ ਹੋ ਠੀਰਜ ਹੋਵੇਗਾ ਸੀਰਜ ਮਨੀਰਮਹਿ ਤੇ ਪਾਣੀ ਦੀ ਸ਼ੋਭਾ ਹੈ ਕਿ ਠੰਡਾ ਹੋਵੇ ਸੋ ਠੰਡਾ ਹੋਵੇ ਤੇ ਪਾਣੀ ਦੀ ਸ਼ੋਭਾ ਹੈ ਜਿੱਦਾਂ ਬਹੁਤ ਸੁਖਕਾਰ ਹੈ ਇਹ ਤਾਂ ਹੀ ਸੁਖ ਦੇਣ ਵਾਲੇ ਜੇ ਇਹ ਗੁਣਾਂ ਦੇ ਸਹਿਤ ਹੋਣ ਤਾਂ ਜੌਨ ਜਿਮ ਇੰਦ ਮਹਿ ਤੋ ਕਹਿੰਦੇ ਜੌਨ ਜਿਸ ਤਰ੍ਹਾਂ ਇੰਦ ਚੰਦਰਮਾ ਹੈ ਤੇ ਚੰਦਰਮਾ ਵਿੱਚ ਚਾਨਣੀ ਹੈ ਜੇ ਚੰਦਰਮਾ ਹਨੇਰੀ ਰਾਤ ਵਿੱਚ ਚਾਨਣ ਕਰੇ ਤਾਂ ਕਾਹਦਾ ਚੰਦਰਮਾ ਚੰਦਰਮਾ ਦੀ ਸ਼ੋਭਾ ਚਾਂਦਨੀ ਦੇ ਨਾਲ ਹੈ ਜਿੱਦਾਂ ਗੰਧ ਅਰ ਬਿੰਦ ਮਹ ਹੈ ਤੇ ਕਮਲ ਦਾ ਫੁੱਲ ਹੋਵੇ ਹੁਣਾਂ ਕਾਗਜ਼ਾਂ ਦੇ ਫੁੱਲ ਨੇ ਖੁਸ਼ਬੂ ਤੇ ਨਹੀਂ ਆ ਸਕਦੀ ਪਰ ਜਿਸ ਤਰ੍ਹਾਂ ਕਮਲ ਦਾ ਫੁੱਲ ਹੈ ਉਹਦੇ ਵਿੱਚ ਖੁਸ਼ਮੂ ਹੈ ਖੁਸ਼ਮੂ ਕਰਕੇ ਉਸ ਦੀ ਸ਼ੋਭਾ ਹੈ ਮੋਖ ਤਤ ਬਿੰਦ ਮਹ ਜਾਨ ਨਿਰਧਾਰ ਹੈ ਨਿਰਧਾਰ ਕਹਿੰਦੇ ਨਿਰਣਾ ਕਰਕੇ ਜਾਣ ਲਓ ਕਿ ਤਤ ਵੇਦ ਦੇ ਕੋਲ ਮੁਕਤੀ ਹੁੰਦੀ ਹੈ ਉਹ ਮੁਕਤੀ ਦਾ ਪਾਤਰ ਹੈ ਮੁਕਤ ਹੋ ਸਕਦਾ ਕਿਸੇ ਨੂੰ ਮੁਕਤੀ ਦੇ ਸਕਦਾ ਹੈ ਇਹ ਤਤ ਮੇਤੇ ਬ੍ਰਹਮ ਗਿਆਨੀਆਂ ਵਿੱਚ ਤਾਕਤ ਹੈ। ਸੁਹਾਸ਼ ਜਸ ਦਾਨਮਹਿ। ਦੇਖੋ ਭਾਈ ਜੇ ਕਿਸੇ ਨੇ ਜਸ ਘਟਣਾ ਨਾ ਕਹਿੰਦੇ ਜਿਹੜਾ ਮਨੁੱਖ ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਕਰ ਕਰਕੇ ਜਿਹੜਾ দান ਕਰਦਾ ਇਹਦੇ ਵਿੱਚ ਉਹਦਾ ਜਸ ਹੁੰਦਾ ਹੈ ਤਾਨ ਜਿਮ ਗਾਨ ਮਹ ਤੇ ਕਹਿੰਦੇ ਜਿਵੇਂ ਗਾਨ ਕੋਈ ਗਾਣਾ ਗਾਉਂਦਾ ਹੈ ਰਾਗ ਗਾਉਂਦਾ ਹੈ ਤੇ ਜਦੋਂ ਤਾਨਾ ਲਾਉਂਦਾ ਹੈ ਨਾ ਗਾਣੇ ਦੇ ਵਿੱਚ ਰਾਗ ਦੀਆਂ ਤਾਨਾਂ ਨੇ ਆਲਾਪ ਤੇ ਤਾਨ ਨਾਲ ਜਿਹੜਾ ਰਾਗ ਬਣਦਾ ਹੈ ਜਿਵੇਂ ਗਾਣੇ ਵਿੱਚ ਤਾਨ ਲੱਗਦੀ ਹੈ ਤੇ ਸੁੰਦਰ ਲੱਗਦਾ ਸੋਭਾ ਹੁੰਦੀ ਹੈ ਗ੍ਰੰਥ ਗੁਰ ਗਿਆਨ ਮਹ ਤਿਆਸੀ ਰਸ ਸਾਰ ਹੈ ਇਸੇ ਤਰ੍ਹਾਂ ਹੀ ਧੰਨ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਦਾ ਜਿਹੜਾ ਗਿਆਨ ਹੈ ਦੇ ਵਿੱਚ ਰਸ ਹੈ ਗੁਰੂ ਗੰਗ ਸਾਹਿਬ ਦੀ ਮਹਿਮਾ ਬਾਣੀ ਦੀ ਮਹਿਮਾ ਹੈ ਸਾਹਿਬ ਗੁਰੂ ਗੰਗ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਗਿਆਨ ਹੈ ਤੇ ਉਸ ਗਿਆਨ ਵਿੱਚ ਰਸ ਹੈ ਉਸ ਰਸ ਦੇ ਸਦਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਭਾ ਹੈ ਜੀ ਸਦੀ ਪਾਲਾ ਸੰਧਰਵਾਜ ਦੋਹਰਾ ਸ੍ਰੀ ਬਾਲਾ ਜੀ ਸੰਧੂ ਗੋਤਵਾਲੇ ਅਵਾਜ ਕਥਨ ਕਰਦੇ ਹਨ ਜੀ ਸਹਜ ਸੁਭਾ ਇੱਕ ਮੁਕਤਦਾ ਧੰਨ ਸਹਿਬ ਗੁਰੂ ਨਾਨਕ ਪਾਤਸ਼ਾਹ ਮੁਕਤੀ ਦਾਤਾ ਸਤਗੁਰੂ ਜੀ ਤਾਵਤ ਭਏ ਆਵਾਸ ਜਿਸਲੇ ਪੰਧਾ ਨਿਹਾਲ ਹੋ ਗਿਆ ਗੁਰੂ ਕਾ ਪਾਠਿਆ ਨੇ ਬਖਸ਼ਿਸ਼ ਕਰਕੇ ਬ੍ਰਹਮ ਗਿਆਨ ਬਖਸ਼ ਦਿੱਤਾ ਆਨੰਦ ਵਿੱਚ ਮਗਨ ਹੋ ਗਿਆ ਤੇ ਹੁਣ ਸਵੇਰੇ ਪਿਤਾ ਜੀ ਛੱਡ ਕੇ ਆਏ ਨੇ ਤੇ ਮਹਾਰਾਜ ਸਤਗੁਰੂ ਨੇ ਸ਼ਬਦ ਉਚਾਰ ਕਰਕੇ ਪਾਂਦੇ ਨੂੰ ਗਿਆਨ ਕਰ ਦਿੱਤਾ ਤੇ ਪਾਂਦਾ ਹੱਥ ਜੋੜ ਕੇ ਚਰਨੀ ਪੈ ਗਿਆ ਤੇ ਕਹਿੰਦਾ ਮਹਾਰਾਜ ਤੁਸੀਂ ਵਿਦਿਆ ਪੜਾਉਣ ਵਾਲਿਓ ਪੜ੍ਹਨ ਵਾਲੇ ਇਸ ਵੇਲੇ ਮਹਾਰਾਜ ਮੇਰੇ ਵੱਲੋਂ ਖੁਣ ਰਾ ਜਿੱਥੇ ਮੌਜ ਹੈ ਵਿਚਰੋ ਤੇ ਮਹਾਰਾਜ ਸਤਿਗੁਰੂ ਜੀ ਉਥੋਂ ਉਠੇ ਤੇ ਘਰ ਨੂੰ ਆ ਗਏ ਹਨ ਜੀ ਮੁਕਤੀ ਦਾਤਾ ਪਦਨੂ ਪਰ ਕਟ ਕਿੰਕਣੀ ਤੇ ਮੇਰੇ ਸਤਿਗੁਰੂ ਜੀ ਦੇ ਚਰਨਾ ਵਿੱਚ ਉਹ ਬਹੁਤੇ ਜੇ ਪਾਏ ਹੋਏ ਨੇ ਸੋ ਤੜਾਗੀ ਲੱਕ ਨੂੰ ਬੰਨੀ ਹੋਈ ਆ ਸ਼ਬਦ ਹੋ ਤ ਪ੍ਰਕਾਸ਼ ਜਦੋਂ ਗੁਰੂ ਨਾਨਕ ਸਾਹਿਬ ਚਲੇ ਆਉਂਦੇ ਨੇ ਘਰ ਨੂੰ ਕਹਿੰਦੇ ਸੋ ਉਹ ਗਹਿਣੇ ਉਹਨਾਂ ਦੀ ਆਵਾਜ਼ ਆਉਂਦੀ ਸ਼ਬਦ ਪ੍ਰਕਾਸ਼ ਹੁੰਦਾ ਹੈ ਸ਼ਾਉ ਭਾਈ ਮਾਤ ਬਿ ਲੋਕਤ ਬੈਣਿਆ ਲਾਇਓ ਜਿਸ ਵੇਲੇ ਘਰ ਵਿੱਚ ਪਰਵੇਸ਼ ਕੀਤਾ ਹਸੂ ਹਸੂ ਕਰਦੇ ਚਿਹਰੇ ਵਾਲੇ ਗੁਰੂ ਨਾਨਕ ਨੇ ਤੇ ਮਾਤਾ ਜੀ ਦੇਖ ਕਰਕੇ ਬਚਨ ਕਰਦੇ ਹਨ ਬਿਨਾ ਪਰਦੋਖ ਸਦਨ ਚਲ ਆਇਓ ਕਹਿੰਦੇ ਨੇ ਪੁੱਤਰ ਜੀ ਤੇ ਅਜੇ ਤਾਂ ਸ਼ਾਮਾਂ ਹੋਈਆਂ ਨਹੀਂ ਤੁਸੀਂ ਪਹਿਲਾਂ ਹੀ ਆ ਗਏ ਘਰ ਵਿੱਚ ਤੋਰ ਤਾਤ ਤਾੜੇ ਗੋ ਤਾਤਾ ਦੇਖ ਪੁੱਤਰ ਤੇਰਾ ਪਿਤਾ ਤੈਨੂੰ ਬਹੁਤ ਤਾੜਨਾ ਕਰੂਗਾ ਤੇ ਤੂੰ ਛੁੱਟੀ ਤੋਂ ਪਹਿਲਾਂ ਘਰ ਆ ਗਿਆ ਹੈ ਸਕੂਲੋਂ ਭੱਜ ਕੇ ਪੜ੍ਹੋ ਨਾ ਖੇល ਰਾਤਾ ਤੁਹਾਡਾ ਮਨ ਮੈਨੂੰ ਪਤਾ ਹੈ ਖੇਲਣ ਵਿੱਚ ਰੰਗਿਆ ਹੋਇਆ ਹੈ ਤੁਸੀਂ ਧਿਆਨ ਨਾਲ ਪੜ੍ਹਦੇ ਨਹੀਂ ਹੁਣ ਮਾਤਾ ਨੂੰ ਕੀ ਪਤਾ ਵੀ ਕੀ ਕਰਕੇ ਆਏ ਨਹੀਂ ਉੱਥੇ ਸਕੂਲ ਵਿੱਚ ਤੇ ਮਾਤਾ ਜੀ ਆਪਣੇ ਖਿਆਲ ਦੇ ਨਾਲ ਬਚਨ ਕਰਦੇ ਹਨ ਨੈਣ ਨੀਰ ਬਾਰਕ ਕੀ ਨਿਆਈ ਤੇ ਗੁਰੂ ਨਾਨਕ ਸਾਹਿਬ ਨੇ ਦੇਖੋ ਮੇਰੇ ਸ਼ੈਨਸ਼ਾ ਪਿਤਾ ਸਤਗੁਰਾਂ ਦੀ ਅਜਰ ਜਨਮ ਦੀ ਸ਼ਕਤੀ ਦਿਖਾਉਂਦੇ ਨੇ ਇਤਨਾ ਕੁਛ ਕੀਤਾ ਹੈ ਤੇ ਜਦੋਂ ਮਾਤਾ ਜੀ ਨੇ ਕਿਹਾ ਨਾ ਤੇਰੇ ਪਿਤਾ ਜੀ ਤਾੜਨਾ ਕਰਨਗੇ ਤੇ ਤੂੰ ਪਹਿਲਾਂ ਚੱਲ ਕੇ ਆ ਗਿਆ ਘਰ ਸ਼ਾਮਾਂ ਤੇ ਪਈਆਂ ਹੀ ਨਹੀਂ ਅਜੇ ਸਕੂਲ ਤੋਂ ਛੁੱਟੀ ਦਾ ਟਾਈਮ ਨਹੀਂ ਹੋਇਆ ਜਦੋਂ ਮਾਤਾ ਨੇ ਕਿਹਾ ਤੇ ਗੁਰੂ ਨਾਨਕ ਸਾਹਿਬ ਨੇ ਕੀਤਾ ਕੋ ਜਣਾਇਆ ਨਹੀਂ ਭੀ ਅਸੀਂ ਕੀ ਕੀਤਾ ਤੇ ਬਾਲਕ ਲੀਲਾ ਕੀਤੀ ਹੈ ਤੇ ਮਾਤਾ ਜੀ ਤੋਂ ਡਰ ਮੰਨ ਕਰਕੇ ਅੱਖਾਂ ਵਿੱਚ ਨੀਰ ਭਰ ਲਿਆ ਮਹਾਰਾਜ ਨੇਤਰ ਜਿਹੜੇ ਐਉਂ ਭਰਲੇ ਹਨ ਜਦੋਂ ਕਵਨੀ ਕੰਤ ਸੰਤ ਸੁਖਦਾਈ ਸੰਤਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਧਰਤੀ ਨੂੰ ਖੁਰਚਣ ਲੱਗ ਪਏ ਨੇ ਤੇ ਨੇਤਰਾਂ 'ਚ ਨੀਰ ਵਹਾ ਦਿੱਤਾ ਹੈ ਕਰ ਸੋ ਕਰ ਗਹਿ ਕਰ ਪੁਨ ਮਾਤਾ ਤੇ ਮਾਤਾ ਜੀ ਨੂੰ ਤਰਸ ਆਇਆ ਤੇ ਝੱਟ ਆਪਣੇ ਹੱਥ ਨਾਲ ਗੁਰੂ ਨਾਨਕ ਦਾ ਹੱਥ ਫੜ ਕਰਕੇ ਗੋਦੀ 'ਚ ਬਿਠਾਇਆ ਹੈ ਬਸਾਇ ਕਹਿਓ ਬਹੁ ਬਾਪਾਂਤਾ ਬਹੁਤ ਤਰੀਕਿਆਂ ਨਾਲ ਲਾਡ ਪਿਆਰ ਦਿੱਤਾ ਹੈ ਤੇ ਇਸ ਤਰੀਕੇ ਦੇ ਨਾਲ ਸਮਝਾਇਆ ਹੈ ਮੋਖਨ ਅਵਰ ਦੇਹ ਕਰਵਾਈ ਤੇ ਮਾਤਾ ਜੀ ਆਲਚ ਦਿੰਦੇ ਨੇ ਤੁਹਾਨੂੰ ਬਹੁਤ ਸਨੇ ਗਹਿਣੇ ਕਢਾ ਦੇਾਂਗੀ ਮੈਂ ਜਨ ਮਾਤਾ ਲੇਹੋ ਨਿਤ ਖਾਈ ਨਿਤ ਪ੍ਰਤੀ ਜਿਹੋ ਜਾ ਮਿੱਠਾ ਭੋਜਨ ਕਹੋ ਮੈਂ ਖੀਰ ਕੜਾ ਜਿੱਦਾਂ ਦਾ ਕਹੋ ਮੈਂ ਬਣਾ ਕੇ ਸ਼ਕਾਉ ਜੀ ਅਬ ਪੜੇ ਪ੍ਰੀਤ ਕਰੇਖਾ ਜੇ ਤੁਸੀਂ ਪ੍ਰੇਮ ਦੇ ਨਾਲ ਹਿਸਾਬਕਤਾਬ ਪੜ ਲਓਗੇ ਤਾਂ ਕਾਰਜ ਆਵੇ ਹੋਏ ਵਿਸ਼ੇਖਾ ਜਦੋਂ ਵੱਡੇ ਹੋਵੋਗੇ ਤੁਹਾਡੇ ਕੰਮ ਆਵੇਗਾ ਹੁਣੀ ਸਮਾ ਹੈ ਵਿਦਿਆ ਪੜਨ ਦਾ ਦੋਹਰਾ ਅਜਰ ਮਾਜ ਬਿਜਰਤ ਬਹਰ ਫਿਰ ਇਓ ਮਾਤਾ ਜੀ ਨੇ ਜਿਸ ਵੇਨੇ ਸੋ ਸਮਝਾ ਦਿੱਤਾ ਤੇ ਗੁਰੂ ਸਾਹਿਬ ਗੋਦੀ ਚ ਉਠ ਕਰਕੇ ਵੇੜੇ ਵਿੱਚ ਫਿਰਨਾ ਸ਼ੁਰੂ ਕਰਤਾ ਹੈ ਸਾਜੇ ਭਾਈ ਜਿਹ ਕਾਲ ਜਿਸਲੇ ਸ਼ਾਮਾਂ ਦਾ ਵਕਤ ਹੋਇਆ ਤਾਂ ਕਾਲੂ ਆਇਲ ਆਏ ਪਿਖ ਤੋ ਕਹਿੰਦੇ ਨਿੰਜ ਜਿਸਲੇ ਮਹਿਤਾ ਕਾਲੂ ਜੇ ਘਰ ਵਿੱਚ ਆਏ ਹੰ ਤਾਂ ਕਿਰਵਚਨ ਲਾਲ ਕਿਰਪਾਲ ਕਿਰਪਾਲੂ ਧੰ ਗੁਰੂ ਨਾਨਕ ਸਾਹਿਬ ਪਿਆਰੇ ਗੁਰੂ ਨਾਨਕ ਨੂੰ ਪੁੱਤਰ ਨੂੰ ਸੋ ਆਪਣੇ ਸੁੰਦਰ ਨੇਤਾ ਨਾਲ ਤੱਕਿਆ ਜਦੋਂ ਚਾਹੋ ਭਾਈ ਪ੍ਰੇਮ ਮੋਦ ਸੋ ਘਰੇ ਲਗਾਇਓ ਬੜੇ ਖੁਸ਼ ਹੋ ਕੇ ਪ੍ਰੇਮ ਦੇ ਸਹਤ ਗੱਲ ਨਾਲ ਲਾਇਆ ਹੈ ਜੀ ਮੈਸ ਮੰਕਪਾ ਮੰਚ ਪਰ ਅੰਕ ਬਸਾਇਓ ਤੋਂ ਕਹਿੰਦੇ ਪਲੰਗੇ ਤੇ ਬੈਠ ਕਰਕੇ ਗੋਦੀ ਚ ਮਿਠਾ ਲਿਆ ਹੈ ਪਿਤਾ ਜੀ ਨੇ ਬੜੇ ਆਵਾਜ਼ ਮੇਂ ਸੁਣਾਈ ਤੇ ਪਿਤਾ ਜੀ ਪੁੱਛਦੇ ਨੇ ਅੱਜ ਜੋ ਤੁਸੀਂ ਪੜਿਆ ਨਾ ਉਹ ਸਾਨੂੰ ਸੁਣਾਓ ਹੁਣ ਆਏ ਤੇ ਪੜਾ ਕੇ ਸੀ ਪੜ ਕੇ ਕੀ ਆਉਣਾ ਸੀ ਤੇ ਕਹਿੰਦੇ ਜੋ ਅੱਜ ਪੜ੍ਹ ਕੇ ਆਇਆ ਮੈਨੂੰ ਸੁਣਾਓ। ਹੋ ਬਿਦ ਪਾਂਦਾ ਤੁਝੇ ਪੜ੍ਹਾਏ। ਤੇ ਮੈਨੂੰ ਪਤਾ ਲੱਗੇ ਤੁਹਾਡਾ ਉਸਤਾਦ ਪਾਂਦਾ ਜਿਹੜਾ ਹੈ ਉਹ ਕੀ ਤੁਹਾਨੂੰ ਕਿੱਦਾਂ ਪੜਾਉਂਦਾ ਹੈ ਮੈਨੂੰ ਦੱਸੋ। ਸੁਣ ਕਰ ਪਿਤਾ ਬਚਨ ਨਿਜ ਕੰਨਨ। ਕੰਨਾਂ ਦੇ ਵਿੱਚ ਪਿਤਾ ਜੀ ਦੇ ਬਚਨ ਸੁਣੇ ਜਦੋਂ। ਕੇਤਕ ਪੈੜੇ ਕਹਿ ਕਲਮਲ ਕਮਲਾਲਨ। ਕਮਲ ਸ੍ਰੀਖੇ ਮੁਖ ਤੋਂ ਕਿਤਨੇ ਕ ਪਹਾੜੇ ਸੁਣਾ ਦਿੱਤੇ ਮਹਾਰਾਜ ਨੇ। ਇਹ ਨਹੀਂ ਕਿਹਾ ਵੀ ਅਸੀਂ ਪੜ੍ਹਾ ਕੇ ਆਏ ਹਾਂ ਪਾਂਦੇ ਇਹਨੂੰ। ਹੋਮੇ ਨਹੀਂ ਨਾ ਕਰਨੀ ਹੈ। ਤੇ ਗੁਰੂ ਪਾਸ ਜਾਂਚ ਦੱਸਦੇ ਨੇ ਵੀ ਆਹ ਕੁਛ ਕੀ ਨਹੀਂ। ਤੋ ਪਿਤਾ ਜੀ ਨੇ ਪੁੱਛਿਆ ਕੀ ਪਹਾੜੇ ਸੁਣਾ ਦਿੰਦੇ ਪਿਤਾ ਜੀ ਨੂੰ ਤੋ ਹੋਤੇ ਸੋ ਬਾਰ ਕਿ ਆਏ ਇੰਨੇ ਨੂੰ ਕੀ ਕੀਤਾ ਖੇਡਣ ਵਾਲੇ ਬੱਚੇ ਆ ਗਏ ਹਨ ਉੱਠ ਕਰ ਤਨ ਸੰਗ ਸਦਾਏ ਫਿਰ ਮਾਰੀ ਛਾਲ ਤੇ ਉੱਠ ਕਰਕੇ ਬੱਚਿਆਂ ਦੇ ਨਾਲ ਖੇਡਣ ਚਲੇ ਗਏ ਖੇਡਣ ਲੱਗੇ ਬੀਠ ਕਾ ਮਾਹੀ ਗਲੀਆਂ ਦੇ ਵਿੱਚ ਖੇਲਾ ਖੇਲਣੀਆਂ ਸ਼ੁਰੂ ਕਰਤੀਆਂ ਚੰਦ ਚਾਨਣੀ ਪੂਰਨ ਜਾਹੀ ਤੋ ਭਾਈ ਜਿੱਥੇ ਚੰਦਰਮਾ ਦੀ ਪੂਰੀ ਚਾਂਦਨੀ ਹੈ ਉਹਦੇ ਵਿੱਚ ਖੇਲਾ ਖੇਲਦੇ ਨੇ ਬੱਚੇ ਸਿਰ ਮੁਖ ਨਾਨਕ ਭਨੇ ਕਹਾਣੀ ਕੰਨ ਗੁਰੂ ਨਾਨਕ ਸਾਹਿਬ ਜੀ ਸੁਭਾਏ ਬਨ ਮੁਖ ਤੋ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਕਥਾ ਸੁਣਾਉਂਦੇ ਹਨ ਭਜਨ ਭਜਕਤ ਭਗਤ ਸੋ ਮਿਲੀ ਜੋ ਬਾਨੀ ਤੇ ਮਹਾਰਾਜ ਦੇ ਬਚਨ ਭਜਨ ਤੇ ਭਗਤੀ ਵਿੱਚ ਮਿਲਾਉਣ ਵਾਲੇ ਨੇ ऐसे वचन मेरे गुरु नानक सुनाਉਂਦੇ ਨੇ ਜਿਹਦੇ ਵਿੱਚ ਪਰਮੇਸ਼ਵਰ ਦਾ ਭਜਨ ਕਰਨ ਦੀ ਮਹਿਮਾ ਪਰਮੇਸ਼ਵਰ ਜੀ ਭਗਤੀ ਦੀ ਵਿਆਖਿਆ ਕਰਦੇ ਹਨ ਦੋਹਰਾ ਮਧੁਰ ਸੁਦਾ ਸਮ ਬਚਨ ਸੋਹਣਾ ਸੁਣ ਕਰਕੇ ਮਿੱਠੇ ਮਿੱਠੇ ਸੋਹਣੇ ਸੋਹਣੇ ਬਚਨ ਗੁਰੂ ਨਾਨਕ ਸਹਿਬ ਮਹਾਰਾਜ ਦੇ ਤੁਚਨ ਹੋ ਵਹਿ ਬਾਲ ਤੇ ਬਾਲ ਕ ਚੁੱਪ ਕਰਕੇ ਕਿਉਂਕਿ ਬੱਚਿਆਂ ਦਾ ਮਨ ਨਾ ਕੋਰੇ ਕਾਗਜ਼ ਵਰਗਾ ਹੁੰਦਾ ਬੜੇ ਧਿਆਨ ਦੇ ਨਾਲ ਸੁਣਦੇ ਹਨ ਜਿਤੇ ਤੇ ਤ੍ਰਿਪਤਨਾ ਚੇਤ ਬਿਖੈ ਇੰਨਾ ਪਿਆਰ ਗੁਰੂ ਨਾਨਕ ਨਾਲ ਹੋ ਗਿਆ ਕਿ ਮਨ ਰਜਦਾ ਹੀ ਨਹੀਂ ਉਹਨਾਂ ਦਾ ਚਿਤ ਕਦਾ ਗੁਰੂ ਨਾਨਕ ਨਾਲ ਪਿਆਰ ਕਰਦੇ ਰਹੀਏ ਤੇ ਬਚਨ ਸੁਣੀ ਜਾਈਏ ਚਾਹੇ ਚੌਪ ਵਿਸਾਲ ਤੇ ਇਸ ਤਿਕਨ ਬੜਾ ਪਾਰੀ ਚੌਪ ਉਤਸ਼ਾਹ ਉਹਨਾਂ ਦੇ ਮਨ ਵਿੱਚ ਜਾਗ ਗਿਆ ਹੈ ਜੀ ਚਾਹੋ ਭਾਈ ਜੀ ਕਮਾਨ ਬਚਨ ਜਿਉ ਬਾਨਾ ਮੇਰੇ ਸਤਿਗੁਰੂ ਮਹਾਰਾਜ ਦੀ ਜ਼ੁਬਾਨ ਇਉਂ ਹੈ ਜਿਸ ਤਰ੍ਹਾਂ ਕਮਾਨ ਤਣਕ ਹੋਵੇ ਤੇ ਮਹਾਰਾਜ ਦੇ ਬਚਨ ਇਉਂ ਨੇ ਜਿਵੇਂ ਤੀਰ ਚੱਲਦੇ ਹੋਣ ਕਮਾਨ ਚ ਮਧਰਾਈ ਮਧ ਪਲਕ ਸਮਨ ਤੇ ਜਿਹੜੀ ਮਿਠਾਸ ਹੈ ਗੁਰੂ ਨਾਨਕ ਦੇ ਬਚਨਾਂ ਵਿੱਚ ਉਹ ਇਉਂ ਹੈ ਜਿਵੇਂ ਧਨਖ ਦਾ ਚਿੱਲਾ ਹੋਵੇ ਠੀਕਨ ਕਰੇ ਸਾਨ ਚਤਰਾਈ ਤੇ ਤੀਰ ਤਿੱਖੇ ਕੀਤੇ ਨੇ ਇਸ ਜੋ ਮਹਾਰਾਜ ਬੜੀ ਚਤਰਾਈ ਦੇ ਨਾਲ ਬੜੀ ਸਿਆਣਪ ਕੁਸ਼ਲਤਾ ਦੇ ਨਾਲ ਬਚਨ ਕਹਿੰਦੇ ਹਨ ਬਾਣੀ ਦੇ ਨਾ ਨਾ ਉਕਤਨ ਪੰਖ ਸੁਹਾਈ ਤੇ ਜਿਹੜੇ ਮਹਾਰੇ ਅਨੇਕ ਪ੍ਰਕਾਰ ਦੀਆਂ ਉਕਤੀਆਂ ਝੁਕਤੀਆਂ ਦੇ ਨਾਲ ਬਚਨ ਕਰਦੇ ਨੇ ਇਹ ਤੀਰਾਂ ਦੇ ਮਗਰ ਖੰਭ ਲੱਗੇ ਹੋਏ ਨੇ ਕਪਾਲ ਬਿਰੰਧ ਹਿਰਦਾ ਲਛਪੇਦਾ ਤੇ ਇਹ ਜਿਹੜੇ ਬਹੁਤ ਸਾਰੇ ਬੱਚੇ ਨੇ ਉਹਨਾਂ ਦਾ ਹਿਰਦੇ ਦਾ ਨਿਸ਼ਾਨਾ ਹੈ ਗੁਰੂ ਨਾਨਕ ਦੀ ਰਸਨਾ ਦੇ ਬਚਨ ਬਾਣ ਨੇ ਔਰ ਨਿਸ਼ਾਨਾ ਕੀ ਹੈ ਬੱਚਿਆਂ ਦਾ ਹਿਰਦਾ ਕਿ ਉੱਥੇ ਇਹ ਬਚਨ ਪਹੁੰਚਾਉਣੇ ਨੇ ਬੱਚਿਆਂ ਦੇ ਦਿਲ ਵਿੱਚ ਹਿਰਦੇ ਵਿੱਚ ਭਾਏ ਔਟੂਹਾ ਹੋਏ ਅਖੇਦਾ ਤੋ ਕਹਿੰਦੇ ਨੇ ਭਾਈ ਲਟੂਹਾ ਹੋ ਗਾਇ ਇਸ ਭ੍ਰਕਾਰ ਖੀਬੇ ਰਸ ਮਾਣਨ ਵਾਲੇ ਹੋ ਗਏ ਹਨ ਇਸ ਪਾਸ ਦੁੱਖਾਂ ਤੋਂ ਰਹਿਤ ਹੋ ਗਏ ਬੱਚੇ ਕਲਕਾਰ ਸੰਗ ਸਦਨਹਿ ਜਾਵਹਿ ਹੁਣ ਬੱਚਿਆਂ ਨੂੰ ਐਹੋ ਜਿਹਾ ਸਤਸੰਗ ਗੁਰੂ ਨਾਨਕ ਦਾ ਆਨੰਦ ਬਣਿਆ ਉਹ ਛੱਡ ਕੇ ਜਾਂਦੇ ਨਹੀਂ ਘਰਾਂ ਨੂੰ ਮਾਤਾ ਪਿਤਾ ਦਬ ਆਣ ਬੁਲਾਵਹਿ ਜਿਸਲੇ ਕਾਫੀ ਸਮਾਂ ਹੋ ਜਾਂਦਾ ਮਾਤਾ ਪਿਤਾ ਫਿਕਰ ਵਿੱਚ ਆਉਂਦੇ ਬੱਚਿਆਂ ਦੇ ਗਹਿ ਕਰ ਲੇ ਜਾਵਹਿ ਬਰਿਆਈ ਮੱਲੋ ਜੋਰੀ ਫੜ ਫੜ ਕੇ ਬੱਚਿਆਂ ਨੂੰ ਘਰਾਂ ਨੂੰ ਹੁਣ ਰਾਤ ਹੋ ਗਈਆਂ ਹੁਣ ਘਰਾਂ ਨੂੰ ਚਲੋ ਆਰਾਮ ਕਰੋ ਇਸ ਪ੍ਰਕਾਰ ਮਾਤਾ ਪਿਤਾ ਣ ਕੇ ਲੈ ਜਾਂਦੇ ਹਨ ਤਾਜਨਾ ਸਕਈ ਮਨ ਬਿਰਮਾਈ ਐਸਾ ਮਨ ਗੁਰੂ ਨਾਨਕ ਦੇ ਪ੍ਰੇਮ ਤੇ ਬਚਨਾ ਵਿੱਚ ਕਥਾ ਵਿੱਚ ਪਰਚਿਆ ਇਹਨਾਂ ਦਾ ਛੱਡੋ ਨੂੰ ਜੀ ਨਹੀਂ ਕਰਦਾ ਬੱਚੇ ਕਹਿੰਦੇ ਨੇ ਨਹੀਂ ਗੁਰੂ ਪਾਤਸ਼ਾਹ ਜੀ ਦੀ ਕਥਾ ਸੁਣ ਕੇ ਜਾਵਾਂਗੇ ਬਚਨ ਸੁਣ ਕੇ ਜਾਵਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਫਿਰ ਮਿੰਨਤ ਕਰਦੇ ਨੇ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਕੱਲ ਨੂੰ ਫੇਰ ਸੇ ਹੁਣ ਬੱਚਿਆਂ ਨੂੰ ਛੁੱਟੀਆਂ ਦੇ ਦਿਓ ਇਉਂ ਬੱਚਿਆਂ ਨੂੰ ਮੱਲੋ ਜੋਰੀ ਮਾਤਾ ਪਿਤਾ ਲੈ ਜਾਂਦੇ ਘਰਾਂ ਨੂੰ ਰਚ ਰਚ ਬਚਨ ਕੀ ਰਚ ਅਧ ਕਾਈ ਮਹਾਰਾਜ ਦੇ ਸੁੰਦਰ ਬਚਨਾਂ ਦੀ ਰੁਚੀ ਜਾਗਦੀ ਸਾਧ ਸੰਗਤ ਗੁਰੂ ਕਿਰਪਾ ਕਰੇ ਜੇ ਰਹਿਮਤ ਸਤਗੁਰੂ ਜੀ ਕਰ ਦੇਣ ਮਨ ਸਾਡੇ ਇਕਾਂਗਰ ਹੋ ਜਾਣ ਤੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਵਿੱਚ ਸਾਨੂੰ ਰਸ ਤੇ ਆਨੰਦ ਆਉਣਾ ਸ਼ੁਰੂ ਹੋ ਜਾਏ ਫਿਰ ਕਥਾ ਛੱਡਣ ਨੂੰ ਕਿੱਥੇ ਜੀ ਕਰਦਾ ਤਾਂ ਐਸਾ ਆਨੰਦ ਬਣਿਆ ਬੱਚਿਆਂ ਦਾ ਸਨਸਨ ਪੁਨ ਮਨ ਹੋਤ ਸਵਾਈ ਤੋ ਕਹਿੰਦੇ ਨੇ ਜਿਵੇਂ ਜਿਵੇਂ ਗੁਰੂ ਦੇ ਬਚਨ ਸੁਣਦੇ ਨੇ ਬੱਚਿਆਂ ਦੇ ਚਿੱਤ ਦੀ ਰੁਚੀ ਸਵਾਈ ਹੁੰਦੀ ਹੈ ਹੋਰ ਵੱਧਦੀ ਹੈ ਪਰਵੇਸ਼ਕਿਤ ਬਾਰਕ ਚੋਂ ਪਾਸਾ ਕਵੀ ਜੀ ਕਹਿੰਦੇ ਸਹਿਬ ਗੁਰੂ ਨਾਨਕ ਦੇ ਚਾਰ ਚੁਫੇਰੇ ਬੱਚੇ ਬਹਿ ਜਾਂਦੇ ਚੰਦ ਦੀ ਚਾਂਦਨੀ ਚ ਪੁਨਵਾਨ ਜਿਨ ਕੀ ਅਗਨਾਸਾ ਭਾਈਏ ਪੁੰਨਾ ਵਾਲੇ ਜੀਵਨ ਨੇ ਜਿਨ੍ਹਾਂ ਦੇ ਪਾ ਪਰ ਦੂਰ ਹੋਏ ਹੋਏ ਓਏ ਗੁਰੂ ਨਾਨਕ ਦੇ ਦਰਸ਼ਨ ਕਰ ਸਕਦੇ ਹਨ ਨਾਨਕ ਵੈਸੇ ਵਿਚ ਬਿਰਾਜਹਿ ਤੇ ਵਿਚ ਬੈਠੇ ਸਾਰਿਆਂ ਦੇ ਗੋਲਦਾਰੇ ਦੇ ਵਿਚਾਲੇ ਬੈਠੇ ਗੁਰੂ ਨਾਨਕ ਸਾਹਿਬ ਜੀ ਸੋਭਾ ਪਾਉਂਦੇ ਹਨ ਪਾਤਸ਼ਾਹ ਜਿਨਹੇ ਸੋਤਰ ਮਹਲਾਜ ਹੈ ਜਿਸ ਗੁਰੂ ਨਾਨਕ ਦੇ ਬਚਨਾਂ ਨੂੰ ਤੇ ਗੁਰੂ ਦੀ ਸੋਭਾ ਨੂੰ ਦੇਖ ਕਰਕੇ ਇੰਦਰ ਦੇਵਤਾ ਸਵਰਗ ਵਿੱਚ ਸ਼ਰਮਿੰਦਾ ਹੁੰਦਾ ਕਿ ਇਹੋ ਜੀ ਸਭਾ ਮੇਰੀ ਨਹੀਂ ਹੈ ਪਦਨ ਬਿ ਲੋਕ ਕਹਿ ਨਿਜ ਨਿਜ ਦੇਸ ਸੋ ਤੇ ਚਾਰਚ ਫੇਰੇ ਬਾਲਕ ਬੈਠੇ ਹੋਏ ਗੁਰੂ ਨਾਨਕ ਬਚਨ ਕਰਦੇ ਸਾਰੇ ਬੱਚੇ ਗੁਰੂ ਨਾਨਕ ਦੇ ਮੁਖ ਦਾ ਹੀ ਦਰਸ਼ਨ ਕਰਦੇ ਆ ਪਿੱਠ ਦਾ ਦਰਸ਼ਨ ਨਹੀਂ ਕਿਸੇ ਨੂੰ ਹੁੰਦਾ ਲਖੇ ਕੰਡ ਕੋ ਨਹਿ ਤਹਿ ਸਿਸ ਸੋ 6 ਸੋ ਜਿਹੜੇ ਬੱਚੇ ਨੇ ਨਾ ਗੁਰੂ ਨਾਨਕ ਦੀ ਪਿੱਠ ਨੂੰ ਕੋਈ ਨਹੀਂ ਵੇਖਦਾ ਕੰਡ ਨਹੀਂ ਕੋਈ ਵੇਖਦਾ ਹੈ ਸੰਮਨ ਜਾਣੇ ਮ제 ਸੁਣਾਵਹੀਂ ਇਹ ਹਰੇਕ ਬੱਚਾ ਇਹ ਸਮਝਦਾ ਗੁਰੂ ਨਾਨਕ ਮੈਨੂੰ ਹੀ ਸੁਣਾਉਂਦੇ ਨੇ ਮੇਰੇ ਵਾਲੀ ਮੁਖ ਹੈ ਤੇ ਮੈਨੂੰ ਮਹਾਰਾ ਸੁਣਾ ਰਹੇ ਹਨ ਰੋਕ ਰਖੀਕ ਸੁਨੇ ਮਨ ਭਾਵਹੀਂ ਤੇ ਬੜੇ ਮਨ ਨੂੰ ਭਾਉਂਦੇ ਇੰਦਰੀਆਂ ਨੂੰ ਰੋਕ ਕੇ ਗਿਆਨ ਇੰਦਰੀਆਂ ਨੂੰ ਸਾਰਿਆਂ ਨੂੰ ਰੋਕ ਕੇ ਅੱਖਾਂ ਕੰਨ ਨੱਕ ਇਸ ਪ੍ਰਕਾਰ ਸਭ ਨੂੰ ਰੋਕ ਕਰਕੇ ਤੇ ਇਸ ਪ੍ਰਕਾਰ ਇਕਾਗਰ ਚਿਤ ਹੋ ਕੇ ਕਰਕੇ ਬਚਨ ਸੁਣਦੇ ਹਨ ਦੋਹਰਾ ਮਿਲ ਬਾਲਕ ਸੋ ਖੇਲ ਤੀ ਮੇਰੇ ਸਤਿਗੁਰੂ ਨਾਨਕ ਸਾਹਿਬ ਬੱਚਿਆਂ ਨਾਲ ਮਿਲ ਕੇ ਇਹੋ ਜਿਹੇ ਖੇਡਾਂ ਖੇਲਦੇ ਹਨ ਚੱਲ ਆਏ ਨੇ ਜਤਾਮ ਤੋ ਭਾਈ ਆ ਗਏ ਹਨ ਚੱਲ ਕੇ ਘਰ ਵਿੱਚ ਅੰਨ ਖਾਏ ਕਰ ਮਾਤ ਤੀ ਮਾਤਾ ਜੀ ਨੇ ਭੋਜਨ ਸ਼ਿਕਾਇਆ ਹੈ ਤੇ ਤਾਨ ਅਭਰਾਮ ਮੇਰੇ ਸਤਿਗੁਰੂ ਪਾਸ ਸੁੰਦਰ ਸਰੂਪ ਵਾਲੇ ਹਜੂਰ ਬਿਰਾਜਮਨ ਹੋ ਗਏ ਹਨ ਰਾਤ ਨੂੰ ਚਾਉ ਭਾਈ ਜਾਮ ਜਾਮਨੀ ਜਾਗਨ ਨਿਮ ਮੇਰੇ ਸਤਿਗੁਰੂ ਦਾ ਨਿਜ ਪਹਿਰ ਰਾਤ ਦੇ ਤੜਕੇ ਉੱਠਣਾ 5 ਸਾਲ ਦੀ ਉਮਰ ਦਾ ਇਹ ਜਕਰ ਹੈ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਮਾਂ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਉੱਠਦੇ ਹਨ ਜਬ ਕਾ ਤਨ ਧਰ ਦਾਨੀ ਸ਼ੇਮਾ ਜਦੋਂ ਮਹਾਰਾ ਸੱਚੇ ਪਾਸ਼ਾ ਮੁਕਤੀ ਦਾ ਦਾਨ ਦੇਣ ਵਾਲੇ ਗੁਰੂ ਨਾਨਕ ਨੇ ਜਦੋਂ ਤੋਂ ਸਰੀਰ ਧਾਰਿਆ ਤਦੋਂ ਤੋਂ ਪਹਿਰ ਰਾਤ ਦੇ ਤੜਕੇ ਅੰਮ੍ਰਿਤ ਵੇਲੇ ਉੱਠਦੇ ਹਨ ਹੋਰ ਭਾਈ ਕਿਨੋ ਇਸ਼ਨਾਨ ਸਵੇਰ ਹੋਈਏ ਤੇ ਗੁਰੂ ਨਾਨਕ ਨੇ ਇਸ਼ਨਾਨ ਕੀਤਾ 5 ਸਾਲ ਦੀ ਅਵਸਥਾ ਦੇ ਵਿੱਚ ਇਹ ਨਿਜਮ ਹੈ ਕਿਉਂਕਿ ਸੋ ਸਿੱਖੀ ਨੂੰ ਆਪਣੇ ਸਰੀਰ ਤੇ ਹੰਡਾ ਕਰਕੇ ਸਿੱਖਿਆ ਦੇਣੀ ਸਿੱਖਾਂ ਦੇ ਤਾਈਂ ਪਾਟ ਪਹਿਰੇ ਸੰਤਰ ਵਿਦਨਨ ਅਨੇਕ ਪ੍ਰਕਾਰ ਦੇ ਸੋਹਣੇ ਵਸਤਰ ਧਾਰਨ ਕੀਤੇ ਹਨ ਸਰੀਰ ਤੇ ਜਦੋਂ ਦਿਨ ਚੜ੍ਹਿਆ ਮਹਿਤਾ ਕਾਲੂ ਜੀ ਨੇ ਪਕੜਿਆ ਗੁਰੂ ਨਾਨਕ ਸਾਹਿਬ ਦਾ ਹੱਥ ਲੈ ਚਠਸਾਲ ਚੱਲਿਓ ਇਨ ਦੇ ਸਾਥਾ ਨਾਲ ਲੈ ਕਰਕੇ ਰੋਜ਼ੀ ਤਰ੍ਹਾਂ ਚਠਸਾਲ ਪਾਠਸਾਲਾ ਸਕੂਲ ਵਿੱਚ ਲੈ ਕੇ ਚੱਲੇ ਹਨ ਬਾਲਕ ਜੀ ਨੂੰ ਪਾੰਦੇ ਸੋਂ ਬੋਲਿਓ ਹਿਤ ਧਰ ਕੇ ਜਾਂ ਕਰਕੇ ਇਸ ਪ੍ਰਕਾਰ ਤੇ ਪਾੰਦੇ ਨੂੰ ਕਹਿਣ ਲੱਗੇ ਮਹਿਤਾ ਕਾਲੂ ਜੀ ਦੇਵ ਪੜਾਏ ਰੇ ਦੇ ਰਚ ਕਰਕੇ ਭਾਈ ਮਨ ਦੀ ਰੁਚੀ ਕਰਕੇ ਮੇਰੇ ਬਾਲਕ ਨੂੰ ਪੜਾ ਦੇ ਉਹਚਾਰਨ ਕਰੀਏ ਸਤਨਾਮ ਸ੍ਰੀ ਵਾਹਿ। ਮੇਰੇ ਬੱਚੇ ਨੂੰ ਪ੍ਰੇਮ ਨਾਲ ਪੜਾ ਦੇ ਤੂੰ। ਸਨ ਬੋਲਿਓ ਮਨ ਸੋ ਕਰ ਬੰਦਨ। ਤਾਂ ਕਹਿੰਦੇ ਨੇ ਪਾਂਦਾ ਉੱਠ ਕਰਕੇ ਤੇ ਮਨ ਕਰਕੇ ਨਮਸਕਾਰ ਕੀਤੀ ਗੁਰੂ ਨਾਨਕ ਦਾ ਦਰਸ਼ਨ ਹੋਇਆ। ਤੇ ਦਰਸ਼ਨ ਕਰਕੇ ਨਮਸਕਾਰ ਕਰਕੇ ਤੇ ਬਚਨ ਬੋਲਦਾ ਹੈ ਸਤਗੁਰਾਂ ਦੇ ਪਿਤਾ ਜੀ ਨੂੰ ਇਉਂ ਕਹਿੰਦਾ। ਤੇਨਪਨੰ ਕਮਤ ਨਿਕੰਦਨ। ਕਹਿੰਦੇ ਨੇ ਇਹ ਤਾਂ ખોટી મત ਦੇ ਕਟਣ ਵਾਲੇ ਨੇ ਪੁੰਨ ਰੂਪ ਹਨ ਸਤਗੁਰੂ ਜੀ ਇਸ ਤੇ ਅਧਿਕ ਜੋ ਹੋਏ ਪੜਾਵੇ ਭਾਂਦਾ ਕਹਿੰਦਾ ਇਹਨਾਂ ਤੋਂ ਕੋਈ ਵੱਡਾ ਹੀ ਪੜਿਆ ਹੋਵੇ ਤੇ ਇਹਨਾਂ ਨੂੰ ਪੜਾਵੇ ਨਾ ਉਚਾਰਨ ਕਰੀਏ ਸਤਨਾਮ ਸ੍ਰੀ ਇਹ ਤੇ ਨਿਤ ਪੁੰਨ ਪਵਿੱਤਰ ਰੂਪ ਹਨ ਇਹਨਾਂ ਤੋਂ ਵੱਧ ਪੜਿਆ ਹੋਊ ਤੇ ਇਹਨਾਂ ਨੂੰ ਪੜਾਵੂਗਾ ਕੋਈ ਜਗਤ ਮਾਹ ਸਮ ਕੋ ਆਨੰਦ ਸਾਵੈ ਕਹਿੰਦਾ ਮੈਂ ਆਪਣੀ ਨਿਗਾਹ ਨਾਲ ਤੱਕਦਾ ਸਾਰੀ ਦੁਨੀਆ ਵਿੱਚ ਇਸ ਗੁਰੂ ਨਾਨਕ ਦੇ ਬਰਾਬਰ ਦਾ ਕੋਈ ਨਹੀਂ ਇਨਾ ਤੋਂ ਕੋਈ ਵੱਡਾ ਹੋਏ ਤੇ ਵਿਦਿਆ ਪੜਾਵੇ ਨਾ ਦੋਹਰਾ ਸੁਤ ਕੋ ਸੁਤ ਨਹ ਜਾਣਿਓ ਤੇ ਪਾਂਦਾ ਹੁਣ ਮੈਂ ਤਾਂ ਕਾਲਜ ਨੂੰ ਸਿੱਖਿਆ ਦਿੰਦਾ ਹੈ ਕਹਿੰਦਾ ਦੇਖੋ ਪੁੱਤਰ ਨੂੰ ਪੁੱਤਰ ਕਰਕੇ ਨਾ ਜਾਣ ਤੂੰ ਇਹ ਕਿਸ ਕੋ ਅਵਤਾਰ ਇਹ ਤਾਂ ਕੋਈ ਅਵਤਾਰ ਹੈ ਦੁਨੀਆ ਵਿੱਚ ਆਇਆ ਹੈ ਬਿਨਾ ਪੜੇ ਹੀ ਪੜ ਰਿਹਾ ਏ ਇਹ ਬਿਨਾ ਹੀ ਪੜਾਉਣ ਤੋਂ ਹੀ ਪੜੇ ਹੋਏ ਹਨ ਇਸ ਵਾਸਤੇ ਤੁਸੀਂ ਫਿਕਰ ਨਾ ਕਰੋ ਸਭਨ ਪੜਾਵਣ ਹਾਰ ਇਹ ਤੇ ਸਭਨਾਂ ਨੂੰ ਪੜਾਉਣ ਵਾਲੇ ਹਨ ਮੈਨੂੰ ਕੱਲ ਪੜਾ ਗਏ ਨੇ ਦੁਨੀਆ ਨੂੰ ਪੜਾਉਣ ਵਾਲੇ ਹਨ ਇਹ ਤਾਂ ਚਾਓ ਭਾਈ ਇਹ ਪੜਨੇ ਕੋ ਕਰੋ ਨਾ ਖਿਆਲੀ ਇਹਨਾਂ ਦੇ ਪੜ ਦੇ ਖਿਆਲ ਚ ਨਾ ਪਾਓ ਤੁਸੀਂ ਮਹਿਤਾ ਸਾਹਿਬ ਜੀ ਸਭ ਕਰਤਾ ਜੋ ਵਿਦਿਆ ਜਾਲੀ ਇਹ ਜਾਲ ਜਿੰਨੀਆਂ ਦੁਨੀਆ ਵਿੱਚ ਵਿਦਿਆ ਨੇ ਸਾਰੀ ਵਿਦਿਆ ਦੇ ਕਰਤਾ ਇਹ ਹਨ ਪਰਮੇਸ਼ਰ ਉਹ ਸਾਰੀਆਂ ਵਿਦਿਆ ਇਹਨਾਂ ਨੇ ਹੀ ਦੁਨੀਆ ਵਿੱਚ ਬਖਸ਼ੀਆਂ ਹਨ ਦੀਪ ਦੇ ਪਾਏ ਬਿਰਤਾਸ ਸਮਾਈ ਇਸ ਵਾਸਤੇ ਕਾਲੂ ਜੀ ਜੇ ਕੋਈ ਦੀਵਾ ਜਗਾ ਕੇ ਤੇ ਸੂਰਜ ਦੇ ਸਾਹਮਣੇ ਕਰੇ ਤਮ ਹਰ ਬੇ ਕੋ ਨਰ ਉਦਤਾਈ ਤੇ ਬੰਦਾ ਕਹੇ ਵੀ ਮੈਂ ਹਨੇਰਾ ਦੂਰ ਕਰ ਸਕਾਂ ਦੀਪਕ ਤੇ ਕਿਆ ਹੋਏ ਪ੍ਰਕਾਸ਼ ਦਸੋ ਦੀਵੇ ਤੋਂ ਸੂਰਜ ਦੇ ਸਾਹਮਣੇ ਕੀ ਪ੍ਰਕਾਸ਼ ਹੋ ਜਾਏਗਾ ਕੀ ਕੀ ਪ੍ਰਭਾ ਪਰ ਅਗਤਾਸ ਤਾਂ ਸੂਰਜ ਦੇ ਸਾਹਮਣੇ ਤੇ ਦੀਵੇ ਦੀ ਸੁਭਾ ਫਿੱਕੀ ਹੀ ਹੋਣੀ ਹੈ ਮਹਤਾ ਸਾਹਿਬ ਮੈਂ ਇਸ ਬਾਲਕ ਨੂੰ ਕੀ ਪੜਾਵਾਂ ਇਹ ਸੂਰਜ ਵਰਗੇ ਨੇ ਤੇ ਮੈਂ ਦੀਵੇ ਵਰਗਾ ਮੈਂ ਤਾਂ ਇਹਨਾਂ ਦੇ ਚਰਨਾਂ ਤੋਂ ਬਲਹਾਰ ਜਾਂਦਾ ਹਾਂ ਇਹ ਤਾਂ ਮੇਰੀ ਸੋਭਾ ਇਹਨਾਂ ਸਾਹਮਣੇ ਫਿੱਕੀ ਹੈ ਮੈਂ ਨਹੀਂ ਪੜਾ ਸਕਦਾ ਇਹ ਤੇ ਸਾਰੀ ਵਿਦਿਆ ਦੇ ਕਰਤਾ ਹਨ ਸੁਤ ਉਸਤ ਤਸੁਨ ਸ਼ਰੋਤ ਮੈਂ ਕਾਲੂ ਮਹਿਤਾ ਕਾਲੂ ਜੀ ਨੇ ਕੰਨਾਂ ਵਿੱਚ ਸਾਹਿਬ ਗੁਰੂ ਨਾਨਕ ਰੂਪ ਆਪਣੇ ਸਪੂਤ ਨੇ ਜਦੋਂ ਇਸ ਪ੍ਰਕਾਰ ਦੀ ਸ਼ੋਭਾ ਸਰਵਣ ਕੀਤੀ ਹੈ ਤਾਂ ਮੈਨੂੰ ਸ਼ਰਦਾ ਔਰ ਹਰਖ ਵਿਸਾਲੂ ਸ਼ਰਦਾ ਤੇ ਨਹੀਂ ਆਈ ਮਨ ਵਿੱਚ ਕਿਉਂਕਿ ਉਹ ਗੁਰੂ ਪਾਤਸ਼ਾਹੀ ਦਾ ਪਰਮੇਸ਼ਵਰ ਦਾ ਇੱਕ ਖੇਲ ਹੀ ਐਸਾ ਹੈ ਪਰ ਮਨ ਚ ਖੁਸ਼ੀ ਹੋਈ ਹੈ ਵੀ ਮੇਰੇ ਬੱਚੇ ਦੀ ਸ਼ੋਭਾ ਤਾਂ ਕੀਤੀ ਹੈ ਨਾ ਹਟ ਕਰ ਕਰ ਆਵਤ ਪਾਸੋ ਤੂੰ ਹਟ ਕਰਕੇ ਮਹਾਰਾਜ ਨੂੰ ਨਾਲ ਲੈ ਕੇ ਘਰ ਵਿੱਚ ਆ ਗਿਆ ਹੈ ਕਰਨ ਲੱਗੇ ਉਹ ਕਾਰਜ ਜਿਹਨ ਜਿਸ ਜੋ ਜੋ ਆਪਣੇ ਕਾਰ ਵਿਹਾਰ ਸੀ ਉਹਨਾਂ ਵਿੱਚ ਪ੍ਰਵਿਰਤ ਹੋ ਗਏ ਹਨ ਕਾਲੂ ਜੀ ਸ੍ਰੀ ਨਾਨਕ ਕੀ ਇੱਛਾ ਜਹਿਵਾ ਤੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਜਿੱਥੇ ਮੌਜ ਗੁਰੂ ਨਾਨਕ ਦੀ ਹੋਈ ਉੱਥੇ ਗਏ ਵਿਚਰੇ ਬਾਲਕ ਮਹਿ ਮੇਲ ਤਹਿਵਾਂ ਤਾਂ ਬੱਚਿਆਂ ਵਿੱਚ ਮਿਲ ਕਰਕੇ ਜਿੱਥੇ ਮੌਜ ਆ ਉੱਥੇ ਖੇਲਾ ਖੇਲਦੇ ਹਨ ਦੋਹਰਾ ਮਸਤਕ ਆਯੁਤ ਦਿਪਤ ਦਵਤ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੌੜਾ ਮੱਥਾ ਹੈ ਜਿਸ ਮੱਥੇ ਦੇ ਉੱਤੇ ਸੋਹਣੀ ਜੋਤ ਜਗ ਰਹੀ ਮਹਾਰਾਜ ਦੀ ਜਿਤ ਮੋਹਤ ਬਲ ਨਰ ਬਾਲ ਤੋ ਨਰ ਮਨੁਖ ਬਾਲ ਇਸਤਰੀਆਂ ਦੇ ਚਿੱਤ ਨੂੰ 모ਹਤ ਕਰਨ ਵਾਲੇ ਹਨ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਂਪੁਰਖਾਂ ਨਾਲ ਜਥੇ ਵਿੱਚ ਵਿਚਰਦੇ ਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਮਹਾਂਪੁਰਖਾਂ ਦੇ ਨਾਲ ਇੱਧਰ ਅਸੀਂ ਗਏ ਆ ਸੁਧਾਰ ਦੇ ਇਲਾਕੇ 'ਚ ਤੇ ਉੱਥੇ ਸਾਡੇ ਨਾਲ ਵੱਡੇ ਸੰਤਾਂ ਨਾਲ ਇੱਕ ਬਜ਼ੁਰਗ ਸੀ ਭਾਈ ਗੁਰਮੁਖ ਸਿੰਘ ਜੀ ਸੁਧਾਰ ਦੇ ਉਹਨਾਂ ਦੀ ਨੈਤਰਾ ਦੀ ਨਿਗਾ ਚਲੀ ਗਈ ਸੀ ਬਾਅਦ ਵਿੱਚ ਉਦੋਂ ਨੈਤਰਾ ਚ ਨਿਗਾ ਨਹੀਂ ਸੀ ਜਦੋਂ ਸਾਡੇ ਨਾਲ ਵਿਚਰੇ ਉਹ ਘਰੇ ਰਹਿੰਦੇ ਸੀ ਤੇ ਇੱਕ ਦਿਨ ਮੇਰ ਨਾਲ ਬਚ ਮੈਨੂੰ ਕਹਿੰਦੇ ਗਿਆਨੀ ਜੀ ਮੈਂ ਕਿਹਾ ਵੀ ਵੱਡੇ ਮਹਾਂਪੁਰਖਾਂ ਦਾ ਬਚਨ ਸੁਣਾਓ ਤੇ ਕਹਿੰਦਾ ਮੇਰੀ ਇੱਕ ਨਿਗਾਸੀ ਪਹਿਲਾਂ ਜਦੋਂ ਕਹਿੰਦਾ ਵੀ ਮੈਂ ਮਹਾਂਪੁਰਖਾਂ ਦੀ ਕਥਾ ਸੁਣਦਾ ਨੇ ਬਾਬੇ ਗੁਰਬਜ ਸਿੰਘ ਖਾਲਸਾ ਜੀ ਜਦੋਂ ਗੁਰੂ ਦੀ ਹਜ਼ੂਰੀ ਕਥਾ ਕਰਦੇ ਸਨ ਮਹਾਂਪੁਰਖਾਂ ਦੇ ਮੱਥੇ ਵਿੱਚ ਜੋਤ ਜਗਦੀ ਸੀ ਤੇ ਮੈਂ ਉਹਦੇ ਵਿੱਚ ਧਿਆਨ ਰੱਖਦਾ ਸੀ ਇਹ ਬੰਦਗੀ ਇਹ ਗੁਰੂ ਸਾਹਿਬ ਤੇ ਹਨ ਗਈ ਨਾ ਪਰ ਜੋਤੀ ਸਰੂਪ ਜਿਹੜੇ ਬ੍ਰह्म ज्ञानी ਤਤ ਮੇਤੇ ਗੁਰੂ ਸਾਹਿਬ ਜੀ ਦੇ ਗੁਰਸਿੱਖ ਨੇ ਉਹਨਾਂ ਦੇ ਚਿਹਰੇ ਤੇ ਵੀ ਜੋਤ ਹੁੰਦੀ ਹੈ ਪਰ ਪਛਾਣਨ ਵਾਲੇ ਕੋਈ ਮਿਰਲੇ ਹੁੰਦੇ ਨੇ ਤੋਂ ਕਹਿੰਦੇ ਨੇ ਕਵੀ ਦੀ ਕਿ ਮੇਰੇ ਸਤਗੁਰੂ ਪਾਤਸ਼ਾਹ ਦਾ ਸੋਹਣਾ ਚੌੜਾ ਮੱਥਾ ਹੈ ਜਿਨ੍ਹਾਂ ਤੇ ਮੇਰੇ ਸਤਗੁਰੂ ਦਾ ਚਿਹਰੇ ਦੇ ਨੂਰ ਜੇ ਜੋਤ ਜੜੀ ਹੈ ਉਹ ਐਸੀ ਪ੍ਰਕਾਸ਼ ਦੀ ਹੈ ਕਿ ਜਿਹੜਾ ਕੋਈ ਇਸਤਰੀ ਪੁਰਸ਼ ਭਾਵਨਾ ਨਾਲ ਤੱਕਦਾ ਉਹ ਮੋਹਤ ਹੋ ਜਾਂਦਾ ਹੈ ਕਮਲਤ ਲਲਤ ਅਸੇ ਦ੍ਰਿਗ ਲਲਤ ਕਹਿੰਦੇ ਲਲਤ ਸੋਹਣੇ ਨੇਤਰ ਗੁਰੂ ਨਾਨਕ ਸਾਹਿਬ ਦੇ ਕਮਲ ਦੇ ਪਤੀਆਂ ਵਰਗੇ ਸੁੰਦਰ ਮਹਾਰਾਜ ਦੇ ਨੇਤਰ ਹਨ ਹਾਲੇ ਲਾਜ ਵਿਸਾਲ ਤੇ ਮੇਰੇ ਸਤਿਗੁਰੂ ਲਾਜ ਦੇ ਸ਼ਰਮ ਦੇ ਤਾਂ ਹਾਲੇ ਘਰ ਹਨ ਐਸਾ ਮੇਰੇ ਗੁਰੂ ਨਾਨਕ ਦੇ ਚਿਹਰੇ ਦਾ ਦਰਸ਼ਨ ਮੱਥੇ ਦਾ ਗੁਰੂ ਸਾਹਿਬ ਦੇ ਨੇਤਰਾਂ ਦੀ ਸੋਭਾ ਕਵੀ ਜੀ ਸੋ ਸੁੰਦਰ ਸੁੰਦਰ ਢੰਗ ਦੇ ਨਾਲ ਬਿਆਨ ਕਰਦੇ ਹੋਏ ਮੇਰੇ ਸ਼ਾਨ ਸ਼ਾਹ ਪਿਤਾ ਗੁਰੂ ਨਾਨਕ ਦੀਆਂ ਸਿਫਤਾਂ ਕਰ ਰਹੇ ਨੇ ਸਾਬ ਸਤਿਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨ ਸਾਥ ਸੰਗਤ ਜੀ ਅਸੀਂ ਐਸੀ ਗੁਰੂ ਨਾਨਕ ਦੀ ਸਿਫਤ ਮਹਿਮਾ ਨੂੰ ਨਿਤ ਪ੍ਰਤੀ ਸਰਵਣ ਕਰੀਏ ਸਾਡੇ ਮਨ ਵਿੱਚ ਸਤਿਗੁਰ ਪਾਤਸ਼ਾਹ ਦੇ ਬਖਸ਼ੋਏ ਨਾਮ ਦਾ ਅਭਿਆਸ ਦ੍ਰਿੜ ਹੋਵੇ ਅਸੀਂ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚੋਂ ਜਿਵੇਂ ਪਾਉਂਦੇ ਨੂੰ ਗੁਰੂ ਸਾਹਿਬ ਨੇ ਨਿਹਾਲ ਕੀਤਾ ਸਾਨੂੰ ਵੀ ਐਸਾ ਆਨੰਦ ਬਖਸ਼ਣ ਜਿਸ ਦੀ ਪ੍ਰਾਪਤੀ ਕਰਕੇ ਲੋਕ ਸੁਖੀਏ ਪਰ ਲੋਕ ਸੁਹਿਲ ਨੇ ਨਾਨਕ ਆਪੇ ਮਿਲੇ ਦੀ ਬਰਕਤਾਂ ਦੇ ਪਾਤਰ ਬਣੀਏ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸਜਣ ਅਸੀਸਣੀਆਂ ਜੋ ਹੋਵੇ ਸਭ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ ਮਸਤਕ ਆਜਤ ਦਿਪਤ ਦੁਤ ਚਿਤ ਮੋਹਤ ਨਰਬਾਲ ਕਮਲ ਦਲਨ ਸੇ 드੍ਰਿਗ ਲਲਤਾ ਆਲੇ ਲਾਜ ਵਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ